ਸਟੇਜ ਤੇ ਵਿਰਾਜਮਾਨ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ, ਸਤਿਕਾਰਯੋਗ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੀ, ਉਹਨਾਂ ਦੇ ਨਾਲ ਵਿਰਾਜਮਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਟਵਾਲ ਸਾਹਿਬ ਅਤੇ ਗਰੇਵਾਲ ਸਾਹਿਬ, ਸਤਿਕਾਰਯੋਗ ਸ਼ਰਨਜੀਤ ਸਿੰਘ ਜੀ ਢਿੱਲੋਂ ਜੀ, ਜਿਨ੍ਹਾਂ ਦੀ ਬਦੌਲਤ ਅੱਜ ਆਪਾਂ ਸਾਰੇ ਹੀ ਇੱਥੇ ਛਪਾਰ ਦੇ ਮੇਲੇ 'ਤੇ ਹਰ ਸਾਲ ਵਾਂਗੂ ਉਹਨਾਂ ਦੀ ਆਮਦ 'ਤੇ ਇੱਥੇ ਇਕੱਠੇ ਹੋਏ ਆ। ਮੇਰੇ ਵੱਡੇ ਵੀਰ ਅਯਾਲੀ ਜੀ, ਸਤਿਕਾਰਯੋਗ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਸ਼ਿਵਾਲਿਕ ਸਾਹਿਬ, ਸਟੇਜ 'ਤੇ ਵਿਰਾਜਮਾਨ ਸਾਰੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿੰਮੇਵਾਰ ਅਹੁਦੇਦਾਰ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਬਹੁਤ ਵੱਡੀ ਗਿਣਤੀ 'ਚ ਆਈ ਸ਼੍ਰੋਮਣੀ ਅਕਾਲੀ ਦਲ ਦੇ ਰੀੜ੍ਹ ਦੀ ਹੱਡੀ, ਮੇਰੇ ਨੌਜਵਾਨ ਵੀਰੋ, ਬਜ਼ੁਰਗੋ, ਮਾਵਾਂ ਅਤੇ ਭੈਣੋ, ਗੱਜ ਵੱਜ ਕੇ ਫਤਿਹ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਮੈਂ ਅਯਾਲੀ ਸਾਹਿਬ ਨੂੰ ਅਤੇ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਨੂੰ ਇਸ ਗੱਲ ਦੀ ਵੀ ਵਧਾਈ ਦਿੰਦਾ ਕਿ ਐਨ ਅਖੀਰਲੇ ਮੌਕੇ 'ਤੇ ਸਾਰੇ ਕੀਤੇ ਹੋਏ ਪ੍ਰਬੰਧਾਂ ਨੂੰ ਛੱਡ ਕੇ ਮੀਂਹ ਦੇ ਕਾਰਨ ਇਸ ਪੈਲੇਸ 'ਚ ਇਕੱਠ ਕਰਨਾ ਪਿਆ, ਮਗਰ ਫਿਰ ਵੀ ਨਾ ਘਬਰਾਉਂਦਿਆਂ ਹੋਇਆਂ, ਮੈਨੂੰ ਵੀ ਇਹ ਲੱਗਦਾ ਸੀ ਕਿ ਇੰਨੀ ਮੀਂਹ 'ਚ ਹੁਣ ਪ੍ਰੋਗਰਾਮ ਹੋਣਾ ਨਹੀਂ, ਮਗਰ ਇਹ ਪ੍ਰੋਗਰਾਮ ਮੇਲੇ ਦੀ ਯਾਦ ਵਿੱਚ ਐਡੇ ਅਟਲ ਸੀ ਕਰਾਉਣ 'ਚ ਕਿ ਮੈਨੂੰ ਕਹਿੰਦੇ ਭਾਅ ਜੀ ਜੋ ਮਰਜ਼ੀ ਹੋ ਜੇ ਤੁਸੀਂ ਆਉਣਾ ਜ਼ਰੂਰ ਹੈ, ਅਤੇ ਗੱਜ ਵੱਜ ਕੇ ਲੋਕ ਵੀ ਆਉਣਗੇ ਜਿੰਨੇ ਕੁ ਫਿੱਟ ਹੋ ਸਕਦੇ ਆ। ਮੈਨੂੰ ਲੱਗਦਾ ਪੈਲੇਸ ਵਾਲੇ ਨੂੰ ਵੀ ਅੱਜ ਹੋ ਗਿਆ ਹੋਣਾ ਕਿ ਪੈਲੇਸ ਤਾਂ ਮੈਂ ਛੋਟਾ ਸਮਝਦਾ ਸੀ, ਬਣ ਵੱਡਾ ਗਿਆ, ਜਿੰਨੀ ਕਪੈਸਿਟੀ ਉਹ ਸਮਝਦਾ ਸੀ ਉਹਦੇ ਨਾਲੋਂ 3 ਗੁਣਾ ਵੱਧ ਬੰਦੇ ਤੁਸੀਂ ਫਿੱਟ ਕਰਤੇ ਆ, ਇਸ ਲਈ ਤੁਹਾਡਾ ਬਹੁਤ ਬਹੁਤ ਤੁਹਾਨੂੰ ਵਧਾਈ ਹੈ। ਮੇਰੇ ਵੀਰੋ, ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਕਿਹੜੇ ਲਫ਼ਜ਼ਾਂ ਨਾਲ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵੀਰਾਂ ਦਾ, ਭੈਣਾਂ ਦਾ ਮੈਂ ਧੰਨਵਾਦ ਕਰਾਂ, ਕਿਉਂਕਿ ਐਡੀ ਵੱਡੀ ਲੜਾਈ ਤੁਸੀਂ ਲੜ ਕੇ ਆਏ ਹੋ, ਕਿਸੇ ਹੋਰ ਨੇ ਉਹ ਲੜਾਈ ਲੜਨ ਦੀ ਹਿੰਮਤ ਨਹੀਂ ਕੀਤੀ। ਜਦੋਂ ਪਤਾ ਹੋਵੇ ਕੋਈ ਗੁੱਸਾ ਨਾ ਕਰ ਜੇ, ਪੁਲਿਸ ਦੇ ਵੀਰ ਮੇਰੇ ਕਈ ਅਫਸਰ ਚੰਗੇ ਬੜੇ ਹੁੰਦੇ ਆ, ਮਗਰ ਕਈ ਅਫਸਰਾਂ ਨੇ ਕਾਰਗੁਜ਼ਾਰੀ ਮਾੜੀ ਵੀ ਬੜੀ ਵਿਖਾਈ ਹੈ। ਜੇ ਕੋਈ ਕਾਨੂੰਨ ਸ਼ਾਂਤੀ ਅਮਨ ਪਸੰਦ ਬੰਦਾ ਹੋਵੇ ਤੇ ਇੱਕ ਅਧਿਕਾਰ ਹੈ ਸਾਨੂੰ, ਸਾਡੇ ਕਾਨਸਟੀਟਿਊਸ਼ਨ ਨੇ ਦਿੱਤਾ ਕਿ ਅਸੀਂ ਇਲੈਕਸ਼ਨ ਲੜ ਸਕਦੇ ਹਾਂ, ਅਸੀਂ ਵੋਟ ਪਾ ਸਕਦੇ ਹਾਂ, ਅਸੀਂ ਆਪਣੀ ਗੱਲ ਰੱਖ ਸਕਦੇ ਹਾਂ, ਅਸੀਂ ਆਪਦੀ ਇਕੱਤਰਤਾ ਕਰ ਸਕਦੇ ਹਾਂ। ਮਗਰ ਪਹਿਲੀ ਵਾਰੀ ਵੇਖਣ ਨੂੰ ਹੋਇਆ ਇੰਦਰਾ ਗਾਂਧੀ ਤੋਂ ਬਾਅਦ, ਜਾਂ 1975 'ਚ ਐਮਰਜੈਂਸੀ ਲੱਗੀ ਸੀ, ਅਤੇ ਜਾਂ ਮੈਂ ਕਹਿ ਸਕਦਾ ਹੁਣ 2018 'ਚ
ਕੈਪਟਨ ਅਮਰਿੰਦਰ ਸਿੰਘ ਨੇ ਐਮਰਜੈਂਸੀ ਲਾਉਣ ਦੀ ਕੋਸ਼ਿਸ਼ ਕੀਤੀ ਆ। ਆ ਫਰੀਦਕੋਟ ਦੀ ਰੈਲੀ ਸੀ ਤੇ ਜਾਖੜ ਕੀ ਕਹਿੰਦਾ ਸੀ, ਕਹਿੰਦਾ ਪਿੰਡਾਂ 'ਚ ਨਹੀਂ ਵੜਨ ਦੇਣਾ। ਅਸੀਂ ਪੰਜ ਕੋ ਸੀ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵੀਰ ਪੰਜ ਕੋ ਸੀ, ਜਾਖੜ ਦਾ ਪਿੰਡ ਹੈ, ਉੱਥੇ ਗਏ ਤੇ ਜਦੋਂ ਜਾ ਕੇ ਜਾਖੜ ਦਾ ਪੁੱਛਿਆ ਨਾ ਤੇ ਜਾਖੜ ਲੱਭੇ ਤੇ ਨਹੀਂ ਲੱਭਦਾ ਸੀ। ਕਈ ਕਹਿੰਦੇ ਸੀ ਮੰਜੇ ਥੱਲੇ ਲੁਕਿਆ ਫਿਰਦਾ। ਸਾਰਾ ਵੇਖਣ ਤੋਂ ਬਾਅਦ ਪਤਾ ਲੱਗਿਆ ਪਿੰਡ ਛੱਡ ਕੇ ਉਸ ਦਿਨ ਭੱਜ ਗਿਆ ਸੀ। ਜੇ ਇੱਡੀ ਵੱਡੀ ਗੱਲ ਕਹਿਤੀ ਸੀ ਜਾਖੜ ਸਾਹਿਬ, ਐਡੀ ਵੱਡੀ ਫੜੀ ਮਾਰਤੀ ਸੀ, ਫਿਰ ਆਪਦੇ ਪਿੰਡ ਤਾਂ ਹਿੰਮਤ ਕਰਦੇ, ਉੱਥੇ ਆਪਦੇ ਪਿੰਡ ਤਾਂ ਰਹਿ ਕੇ ਵਿਖਾਉਂਦੇ। ਫਿਰ ਚੈਲੰਜ ਅਗਲਾ ਦੇ ਦਿੱਤਾ ਕਿ ਉਹ ਬੋਰ ਇਕੱਠ ਨਹੀਂ ਹੋਣਾ। ਮੇਰੇ ਵੀਰੋ, ਮੈਂ ਵਧਾਈ ਦਿੰਦਾ ਤੁਹਾਨੂੰ ਕਿ ਠਾਠਾ ਮਾਰਦਾ ਇਕੱਠ ਤੁਸੀਂ ਅਬੋਹਰ 'ਚ ਕੀਤਾ ਤੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ, ਇੱਕ ਨਵਾਂ ਪੰਥ ਤਿਆਰ ਕਰਤਾ ਇੰਦਰਾ ਗਾਂਧੀ ਦੀ ਕਾਂਗਰਸ ਨੇ। ਜਦੋਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਤੇ ਬਾਦਲ ਸਾਹਿਬ ਦੀਆਂ ਗੱਡੀਆਂ ਜਾਂਦੀਆਂ ਸਨ, ਅੱਜ ਮੈਂ ਰੇਲਿੰਗ ਜੀ ਲਾਈ ਆ ਨਾ, ਉਸ ਤਰ੍ਹਾਂ ਇੱਕ ਪੁੱਲ ਉੱਤੇ ਗੱਡੀਆਂ ਨੇ ਚੜ੍ਹਨਾ, ਰਾਹ ਹੀ ਇੱਕ ਸੀ ਤੇ ਕੁਛ ਪੁਲਿਸ ਵਾਲੇ ਵੀਰ ਐਡੇ ਸਿਆਣੇ ਸੀ ਕਿਉਂਕਿ ਉਹਨਾਂ ਦੀ ਵੀ ਮਜਬੂਰੀ ਹੈ, ਜੇ ਅਬੋਹਰ ਰਹਿਣਾ ਤੇ ਉਹ ਫੋਟੋ ਕਰਾਉਣੀ ਬੜੀ ਜ਼ਰੂਰੀ ਸੀ। ਦੂਜੇ ਪਾਸੇ ਉਹ ਟ੍ਰੈਫਿਕ ਬੰਦ ਕਰਤਾ ਤੇ ਕੁਛ ਕਾਲੀਆਂ ਝੰਡੀਆਂ 'ਚ ਜਿਹੜੇ ਮੂਹਰਲੇ ਸਨ ਉਹ ਤਾਂ ਜ਼ਰੂਰ ਪੰਥਕ ਲੱਗਦੇ ਸਨ ਤੇ ਮਗਰਲੇ ਤਾਂ ਰੋਡੇ ਪੋਡੇ ਸੀ, ਜਿਹੜੇ ਧਿਆਨ ਨਾਲ ਵੇਖੋ ਤੇ ਝੰਡੀ ਵਿਖਾਉਂਦੇ ਸਨ ਇਸ ਤਰ੍ਹਾਂ ਜੋੜ ਜੋੜ ਦੀ। ਤੇ ਮੈਂ ਇੱਕ ਪੁਲਿਸ ਵਾਲਾ ਮੈਨੂੰ ਵੀ ਜਾਣਦਾ ਸੀਗਾ, ਮਾਝੇ 'ਚ ਹੁੰਦਾ ਸੀ, ਫਿਰ ਉੱਥੇ ਖੜ੍ਹਾ ਸੀ ਪੁੱਲ 'ਤੇ ਤੇ ਮੈਂ ਕਿਹਾ ਤੂੰ ਬੜੀ ਆ ਕੀ ਕੰਮ ਕਰਾਉਂਦਾ, ਕਹਿੰਦਾ ਜਨਾਬ ਮਜਬੂਰੀ ਹੈ, ਜੇ ਫੋਟੋ ਨਾ ਨਾ ਅੱਜ ਲਵਾਉਂਦੇ ਤੇ ਸਵੇਰੇ ਸਾਰੇ ਪੁਲਿਸ ਵਾਲੇ ਸਸਪੈਂਡ ਹੋ ਜਾਣੇ ਸਨ ਕਿਉਂਕਿ ਜਾਖੜ ਦਾ ਹੁਕਮ ਸੀ ਕਿ ਵਿਰੋਧ ਕਰਦਿਆਂ ਦੀ ਫੋਟੋ ਜ਼ਰੂਰ ਲਵਾਉਣੀ। ਜਿਵੇਂ ਵਿਆਹ 'ਤੇ ਜਾਈਦਾ ਨਾ, ਆ 8-10 ਕੈਮਰੇ ਵਾਲੇ ਇਹੀ ਜਿਹੀ ਸਟੇਜ 'ਤੇ ਬੈਠੇ ਹੁੰਦੇ ਜਿਨ੍ਹਾਂ ਦਾ ਵਿਆਹ ਹੋ ਰਿਹਾ ਹੁੰਦਾ, ਉਹ ਤਾਂ ਉਸ ਦਿਨ ਤਾਂ ਬੜੇ ਖੁਸ਼ ਹੁੰਦੇ ਆ, ਮਗਰ ਬਾਅਦ 'ਚ ਕੰਮ ਔਖਾ ਹੀ ਹੈ। ਵਿਆਹ ਵਾਲਾ ਪੁਰਾਣੇ ਜ਼ਮਾਨੇ ਦੇ ਨਹੀਂ ਨਾ ਰਹੇ, ਨਵੇਂ ਵਿਆਹ 'ਤੇ ਬੜੇ ਔਖੇ ਨਿਭਦੇ ਆ। ਮੈਂ ਲਾਇਆ ਸਾਹਿਬ ਅਤੇ ਉਹ ਫੋਟੋ ਵਾਲੇ 20-20 ਕੈਮਰੇ ਲਾਈ ਖੜ੍ਹੇ ਹੁੰਦੇ, ਉਹ ਕਹਿੰਦੇ ਸਿੱਧਾ ਵੇਖੋ ਜੀ, ਸਿੱਧਾ ਵੇਖੋ, ਬੰਦਾ ਇਹਨੂੰ ਵੇਖ ਰਿਹਾ ਹੁੰਦਾ, ਇੱਧਰਲਾ ਆਵਾਜ਼ ਮਾਰਨੀ ਸ਼ੁਰੂ ਕਰਦਾ, ਸਿੱਧਾ ਵੇਖੋ ਜੀ, ਸਿੱਧਾ ਵੇਖੋ। ਮੈਂ ਮਹਿਸੂਸ ਕਰਦਾ ਹੁੰਦਾ ਕਿ ਐਡਾ ਵਿਆਹ 'ਤੇ ਜ਼ੋਰ ਨਹੀਂ ਲੱਗਿਆ ਹੁੰਦਾ ਜਿੰਨੀ ਫੋਟੋ ਖਿਚਾਉਣ 'ਚ ਜ਼ੋਰ ਲੱਗ ਜਾਂਦਾ ਬੰਦੇ ਦਾ। ਉਹ ਹਾਲਾਤ ਇਹਨਾਂ ਨੇ ਉਸ ਦਿਨ ਬਣਾਏ। ਫਿਰ ਵੇਖੋ ਐਡੀ ਘਬਰਾਹਟ ਕਿ ਫਰੀਦਕੋਟ ਰੈਲੀ 'ਤੇ ਬੈਨ ਹੀ ਲਾਤਾ ਕਿ ਉਹ ਰੈਲੀ ਹੋ ਨਹੀਂ ਸਕਦੀ। ਮੈਂ ਧੰਨਵਾਦੀ ਹਾਂ ਹਾਈਕੋਰਟ ਦਾ, ਜਿਹਨੇ ਛੁੱਟੀ ਵਾਲੇ ਦਿਨ 9 ਘੰਟੇ ਸੁਣਵਾਈ ਕਰਕੇ ਲੋਕਤੰਤਰ ਦਾ ਘਾਣ ਹੋਣ ਤੋਂ ਬਚਾਇਆ ਤੇ ਠਾਠਾ ਮਾਰਦਾ ਇਕੱਠ ਰਾਤ 9 ਵਜੇ ਆਰਡਰ ਆਇਆ ਤੇ ਸਵੇਰੇ 11 ਵਜੇ ਉੱਥੇ ਇਕੱਠ ਹੋ ਗਿਆ। ਲੋਕ ਐਡੀ ਵੱਡੀ ਗਿਣਤੀ 'ਚ ਆਏ ਕਿ ਕਾਂਗਰਸ ਵੀ ਬਾਂਦਲ ਗਏ ਕਿ ਜੇ ਹੁਣ ਨਾ ਕਾਗਜ਼ ਚੁਕਾਏ ਤੇ ਘਰੇ ਬਿਠਾ ਦੇਣਗੇ ਅਕਾਲੀ ਸਾਨੂੰ। ਉਹ ਕਹਿੰਦੇ ਜਦੋਂ ਦੇਸ਼ ਨੂੰ ਖੂਨ ਦੀ ਲੋੜ ਪੈ ਜੇ ਤੇ ਹਾਮੀ ਹੱਸ ਕੇ ਭਰੀ ਆ ਪੰਜਾਬੀਆਂ ਨੇ, ਜਦੋਂ ਜ਼ੁਲਮ ਦੀ ਨਦੀ ਵਿੱਚ ਕਾਂਗ ਆਏ ਛਾਲਾ ਮਾਰ ਕੇ ਤਰੀ ਹੈ ਪੰਜਾਬੀਆਂ ਨੇ,
ਜਦ ਵੀ ਦੇਸ਼ ਨੂੰ ਜੇ ਚਾਰੇ ਪਾਸਿਓਂ ਆਈ ਕਿੱਥੇ ਗੋਲੀ, ਸਭ ਤੋਂ ਪਹਿਲਾਂ ਹਿੱਕ ਤੇ ਜਰੀ ਆ ਪੰਜਾਬੀਆਂ ਨੇ। ਤੇ ਮੇਰੇ ਵੀਰੋ, ਇਹ ਉਹ ਬਹਾਦਰ ਕਾਮ ਹੈ ਜਿਹਨੇ 80% ਕੁਰਬਾਨੀ ਦਿੱਤੀ ਹੈ, ਜਿਨ੍ਹਾਂ ਨੇ ਸਭ ਤੋਂ ਵੱਧ ਅਨਾਜ ਦੇ ਭੰਡਾਰ 'ਚ ਯੋਗਦਾਨ ਪਾਇਆ। ਤੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਤੇ ਨਾ ਕਿਤੇ ਮੈਨੂੰ ਲੱਗਦਾ ਇੰਦਰਾ ਗਾਂਧੀ ਦੇ ਦਰਸ਼ਨ ਹੋਣ ਲੱਗ ਪਏ ਸੀ ਕਿ ਉਹਨਾਂ ਨੂੰ ਦਬਾਉਣ ਦੀ ਅਕਾਲੀਆਂ ਨੂੰ ਕੋਸ਼ਿਸ਼ ਕਰਦੇ ਸੀ। ਤੇ ਪ੍ਰਭੋ, ਮੈਂ ਇਸ ਗੱਲ ਦਾ ਜਿੱਥੇ ਤੁਹਾਡਾ ਧੰਨਵਾਦੀ ਹਾਂ ਕਿ ਜਿਹੜਾ ਐਤਕੀ ਕਾਗਜ਼ ਭਰਨ ਜਾਂਦਾ ਸੀ ਨਾ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦਾ, ਉਹਨੂੰ ਇਹ ਨਹੀਂ ਪਤਾ ਸੀ ਕਿ ਮੈਂ ਸ਼ਾਮ ਨੂੰ ਘਰੇ ਮੁੜਾਂਗਾ ਕਿ ਨਹੀਂ ਮੁੜਾਂਗਾ। ਇਹ ਹਾਲਾਤ ਇਹੋ ਜਿਹੇ ਬਣੇ ਸਨ। ਮਗਰ ਫਿਰ ਜੋ ਹਿੰਮਤ ਅਤੇ ਜੋ ਜਜ਼ਬਾ ਤੁਸੀਂ ਲੋਕਤੰਤਰ ਨੂੰ ਬਚਾਉਣ ਲਈ ਵਿਖਾਇਆ, ਮੈਂ ਉਹਦੇ ਅੱਗੇ ਤੁਹਾਡੇ ਅੱਗੇ ਸੀਸ ਨਵਾਉਂਦਾ, ਨਤਮਸਤਕ ਹੁੰਦਾ, ਤੁਹਾਨੂੰ ਸਲਾਮ ਕਰਦਾ ਕਿ ਐਡੀ ਵੱਡੀ ਹਿੰਮਤ ਵਿਖਾ ਕੇ ਤੁਸੀਂ ਇਲੈਕਸ਼ਨ ਦੇ ਪ੍ਰੋਸੈਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਆ ਇੱਕ ਪਾਰਟੀ ਹੋਰ ਇੱਥੇ ਤੁਰੀ ਫਿਰਦੀ ਹੈ, ਊਂ ਤਾਂ ਵਾਰ ਵਾਰ ਕਹਿਣਗੇ ਅਸੀਂ ਵਿਰੋਧੀ ਧਿਰ ਹਾਂ, ਅਸੀਂ ਵਿਰੋਧੀ ਧਿਰ ਹਾਂ। ਵੈਸੇ ਝਾੜੂ ਦੀ ਮਨਿਆਦ ਜ਼ਿਆਦਾ ਚਿਰ ਨਹੀਂ ਹੁੰਦੀ, ਇਹ ਐਵੇਂ ਕਈ ਫਸ ਗਏ ਸਾਡੇ ਵੀਰ ਭੋਲੇ ਵਾਲੇ, ਝਾੜੂ ਤਾਂ ਆਪ ਭੈਣਾਂ ਬੈਠੀਆਂ, ਕਿੰਨਾ ਚਿਰ ਕੱਟਦਾ ਜੀ ਝਾੜੂ? ਇੱਕ ਮੈਨੂੰ ਲੱਗਦਾ ਮਹੀਨਾ ਕੁ ਵੀ ਨਹੀਂ ਕੱਟਦਾ ਹੁੰਦਾ। ਤੀਲੇ ਤੀਲੇ ਹੋ ਜਾਂਦੇ ਹੁੰਦੇ, ਹੋ ਜਾਂਦੇ ਕਿ ਨਹੀਂ? ਆ ਹੋਏ ਫਿਰਦੇ ਹੁਣ ਤੀਲੇ ਤੀਲੇ। ਇਹ ਤਾਂ ਝਾੜੂ ਸੀ ਵੀ ਬੜੇ ਹੋਰ ਕਿਸਮ ਦਾ। ਇਹ ਝਾੜੂ ਸੀ ਵੀ ਹੋਰ ਕਿਸਮ ਦਾ। ਚਲੋ ਇਹਦਾ ਮੈਂ ਤੁਹਾਨੂੰ ਹਲੇ ਅੱਗੇ ਜਾ ਕੇ ਦੱਸਦਾ, ਮਗਰ ਮੈਂ ਇੱਕ ਬੇਨਤੀ ਕਰੂੰਗਾ, ਆ ਰਿਜ਼ਲਟ ਆ ਗਏ ਘਬਰਾਇਓ ਨਾ, ਕਿਉਂਕਿ ਜੇ ਵੋਟਾਂ ਪੈ ਜਾਂਦੀਆਂ ਤਾਂ ਮੇਰਾ ਇਹ ਮੰਨਣਾ ਕਿ ਵੱਡੀ ਜਿੱਤ ਸ਼੍ਰੋਮਣੀ ਅਕਾਲੀ ਦਲ ਦੀ ਅਤੇ ਭਾਰਤੀ ਜਨਤਾ ਪਾਰਟੀ ਦੀ ਹੋਣੀ ਸੀ। ਜੇ ਕਾਂਗਰਸ ਨੂੰ ਇੰਨਾ ਕੌਨਫੀਡੈਂਸ ਸੀ ਆਪਦੀ ਗੱਲ 'ਤੇ ਤਾਂ ਮੇਰੇ ਵੀਰੋ ਕਾਗਜ਼ ਪਹਿਲਾਂ ਉਡਾਉਣ ਦੀ ਲੋੜ ਕਿਉਂ ਪੈ ਗਈ? ਹਲਕੇ ਦੇ ਹਲਕੇ ਸਾਡੇ ਤਰਨ ਤਾਰਨ ਦੇ 3 ਹਲਕੇ ਸੀ, ਪੱਟੀ, ਤਰਨ ਤਾਰਨ ਅਤੇ ਖੇਮਕਰਨ, ਜਿੱਥੇ ਇੱਕ ਬੰਦੇ ਨੂੰ ਵੀ ਆ ਕਾਗਜ਼ ਭਰ ਨਹੀਂ ਦਿੱਤਾ, ਪਹਿਲਾਂ ਹੀ ਕਾਗਜ਼ ਉਡਾ ਤੇ। ਕਈ ਡੇਰੇ ਬਾਬੇ ਨਾਨਕ 'ਚ ਵੀ ਹੋਇਆ, ਜਿੱਡੇ ਇਹ ਇਹਨਾਂ ਦੇ ਕਹਿੰਦੇ ਘਾਉਂਦੇ ਵਜ਼ੀਰ ਸਨ, ਉਹਨਾਂ ਨੇ ਸਭ ਤੋਂ ਕਾਗਜ਼ ਉਡਾਏ ਪਹਿਲਾਂ। ਆ ਇੱਥੇ ਵੀ ਤੁਹਾਡੇ ਏਰੀਏ 'ਚ ਵੀ ਬੜੀ ਖਬਰ ਆਈ, ਆ ਮੋਗੇ 'ਚ ਵੀ ਆਈ, ਜੀਰੇ 'ਚ ਵੀ ਆਈ। ਕਹਿਣ ਦਾ ਭਾਵ ਕਿ ਜੇ ਕੰਮ ਕਹਿੰਦੇ ਹੋਣ ਅਮਲਾਂ 'ਤੇ ਨਿਬੇੜੇ, ਕਿਸੇ ਨਾ ਤੇਰੀ ਜ਼ਾਤ ਪੁੱਛਣੀ, ਜੇ ਕੰਮ ਚੰਗੇ ਹੁੰਦੇ ਤਾਂ ਕਾਗਜ਼ ਉਡਾਉਣ ਦੀ ਲੋੜ ਨਾ ਪੈਂਦੀ, ਹਿੰਮਤ ਨਾਲ ਇਲੈਕਸ਼ਨ ਲੜਦੇ। ਮਗਰ ਪਤਾ ਸੀ ਕੰਮ ਤਾਂ ਕੀਤਾ ਕੋਈ ਨਹੀਂ, ਗੱਪ ਨਾਲ ਗੱਡੀ ਚੱਲਣੀ ਕਿੰਨਾ ਚਿਰ ਸੀ, 1.5 ਸਾਲ ਤਾਂ ਟਪਾ ਲਿਆ ਝੂਠ ਮਾਰ ਮਾਰ। ਹੁਣ ਤਾਂ ਟੈਸਟ ਦੀ ਘੜੀ ਸੀ, ਲੋਕਾਂ ਨੇ ਵਿਸ਼ਵਾਸ ਨਹੀਂ ਕਰਨਾ ਸੀ ਅਤੇ ਕਾਗਜ਼ ਉਡਾਉਣੇ ਪੈ ਗਏ। ਕੋਈ ADC ਸਾਹਿਬ ਸੀ, ਕੀ ਨਾਂ ਜੀ ਮੋਗੇ ਵਾਲਿਆਂ ਦਾ, ਗਰੇਵਾਲ, ਗਰੇਵਾਲ ਸਾਹਿਬ ਹੀ ਸਨ, ਜਿਹਨੇ 3 MLA ਦੇ ਖਿਲਾਫ ਲਿਖਤੀ ਦੇ ਤਾ ਕਿ ਮੈਨੂੰ ਇਹਨਾਂ ਦੀ ਜਾਨ ਤੋਂ, ਮੇਰੀ ਜਾਨ ਨੂੰ ਇਹਨਾਂ ਤੋਂ ਖਤਰਾ। ਇੱਕ ਮੋਗੇ ਵਾਲਾ MLA, ਇੱਕ ਉਹ ਦੂਜਾ MLA ਆ ਬਾਗੇ ਪੁਰਾਣੇ ਵਾਲਾ, ਉਹਦੀ ਤਾਂ ਗੱਲ ਸਮਝ ਨਹੀਂ ਆਉਂਦੀ, ਪਤਾ ਨਹੀਂ ਬੋਲਦਾ ਕੀ ਹੁੰਦਾ, ਫੁਰ ਕਰੀ ਜਾਂਦਾ ਹੁੰਦਾ ਸਾਰਾ ਦਿਨ। ਇੱਕ MLA ਹੋਰ ਦੀ ਗੱਲ ਕਰਦੇ ਸਨ, ਆ ਮੈਨੂੰ ਲੱਗਦਾ ਬਾਗੇ ਉਹ ਦੂਜੇ ਧਰਮਕੋਟ ਵਾਲੇ ਦੀ, ਕਿ ਇਹ ਤਿੰਨਾਂ ਨੇ
ਮੇਰੇ ਤੇ ਦਬਾਅ ਬਣਾਇਆ ਕਿ ਕਾਗਜ਼ ਰਿਜੈਕਟ ਕਰ, ਨਹੀਂ ਤਾਂ ਤੈਨੂੰ ਜੀਣ ਨਹੀਂ ਦੇਵਾਂਗੇ। ਹਾਲਾਤ ਤਾਂ ਇਹੋ ਜਿਹੇ ਬਣ ਗਏ ਸਨ। ਫਿਰ ਜਿਨ੍ਹਾਂ ਦੇ ਕਾਗਜ਼ ਬਚੇ, ਭਰਾਵੋ ਇਲੈਕਸ਼ਨ ਤਾਂ ਵਾਕਈ ਮੈਂ ਇਹੋ ਜਿਹੀ ਖਤਰਨਾਕ ਇਲੈਕਸ਼ਨ ਨਹੀਂ ਵੇਖੀ। ਕਹਿੰਦੇ ਸੀ ਜੀ 50% ਧੀਆਂ ਭੈਣਾਂ ਨੂੰ ਰੈਜ਼ਰਵੇਸ਼ਨ ਦੇ ਦਿੱਤੀ ਹੈ, ਕਹਿੰਦੇ ਸੀ ਨਹੀਂ ਕਹਿੰਦੇ ਸੀ ਕਾਂਗਰਸੀ। ਅਤੇ ਜਦੋਂ ਜਿੱਥੇ ਕਾਗਜ਼ ਭਰਨ ਜਾਣਾ ਸੀ ਉੱਥੇ ਬਾਹਰ ਫੋਰਸ ਇੰਨੀ ਲਾਈ ਹੁੰਦੀ ਸੀ, ਛਾਉਣੀ ਬਣਾਈ ਹੋਈ ਸੀ, ਅਤੇ ਅਖਬਾਰ ਵਾਲੇ ਵੀਰ ਵੀ ਗੁੱਸਾ ਨਾ ਕਰ ਦਿਓ, ਤੁਹਾਡਾ ਵੀ ਐਤਕੀ ਉਹਨਾਂ ਨੇ ਤੁਹਾਨੂੰ ਵੀ ਗੁੰਮਰਾਹ ਕਰਤਾ। ਅਖਬਾਰ ਵਾਲੇ ਵੀਰ ਐਂ ਸਮਝਦੇ ਸੀ ਕਿ ਸਖਤੀ ਬੜੀ ਹੈ, ਕਿ ਚਿੜੀ ਨਹੀਂ ਫੜਕਣ ਦੇਣ ਦੇ ਇਹ ਬਿਲਕੁਲ ਨੇੜੇ ਤੇੜੇ। ਅਤੇ ਜਿਹੜਾ ਕਾਗਜ਼ ਅੰਦਰ ਭਰਨ ਜਾਂਦਾ ਸੀ ਨਾ, ਉਹ ਜਾਣਦਾ ਸੀ ਜਾਂ ਉਹ ਜਾਣਦਾ ਸੀ ਜਾਂ ਉਹਦਾ ਰੱਬ ਜਾਣਦਾ ਸੀ ਕਿ ਅੰਦਰ ਹੁੰਦੀ ਕੀ ਸੀ। ਉਹ ਵਿਚਾਰੀਆਂ ਧੀਆਂ ਭੈਣਾਂ ਜਿਨ੍ਹਾਂ ਨੇ ਪਹਿਲੀ ਵਾਰੀ ਇਲੈਕਸ਼ਨ ਲੜੀ ਆ, ਜੇ ਘਰ ਵਾਲਾ ਵੀ ਜਾਲ ਜਾਂਦਾ ਸੀ, ਉਹ ਪੁਲਿਸ ਕਹਿੰਦੇ ਨੇ ਸਰ ਜੀ ਤੁਸੀਂ ਕੈਂਡੀਡੇਟ ਹੋ, ਉਹ ਕਹਿੰਦੀ ਨਹੀਂ ਕੈਂਡੀਡੇਟ ਤਾਂ ਮੈਂ, ਫਿਰ ਇਹਨੂੰ ਬਾਹਰ ਕਰ ਦਿਓ। ਉਹ ਇਕੱਲੀ ਜਾਂਦੀ ਸੀ, ਅੱਗੇ ਪੌੜੀਆਂ 'ਤੇ 100-100 ਕਾਂਗਰਸ ਦਾ ਗੁੰਡਾ ਬੈਠਿਆ ਹੁੰਦਾ ਸੀ, ਅਤੇ ਬੀਬੀ ਨੂੰ ਕਹਿੰਦੇ ਬੀਬੀ ਤੂੰ ਕੀ ਕਰਨ ਆਈ ਹੈ। ਉਹ ਵਿਚਾਰੀ ਨੇ ਕੀ ਕਹਿਣਾ ਜਿਹਨੇ ਪਹਿਲੀ ਵਾਰ ਇਲੈਕਸ਼ਨ ਲੜੀ ਆ, ਉਹ ਕਹਿੰਦੀ ਜੀ ਮੈਂ ਕਾਗਜ਼ ਭਰਾਉਣ ਆਈ ਹਾਂ। ਆਹ ਕਿਹੜਾ ਤੇਰਾ ਜ਼ੋਨ? ਉਹ ਕਹਿੰਦੀ ਸੀ ਮੇਰਾ ਜ਼ੋਨ ਡੇਲੋ ਜ਼ੋਨ ਹੈ, ਆਹ ਕਾਗਜ਼ ਵਿਖਾ। ਜਦੋਂ ਕਾਗਜ਼ ਵਿਖਾਉਂਦੀ ਸੀ ਉਦੋਂ ਹੀ ਪਤਾ ਲੱਗਦਾ ਸੀ ਕਾਗਜ਼ ਪਾੜੇ ਅਤੇ ਕਾਂਗਰਸੀ ਪਾਰ ਗਿਆ। ਉਹ ਵਿਚਾਰੀ ਖਲੋਤੀ ਦੀ ਖਲੋਤੀ ਰਹਿ ਗਈ ਸੀ, ਦਿਨ ਅਖੀਰਲਾ ਸੀ। ਕਈਆਂ ਨੂੰ ਉਸ ਤਰ੍ਹਾਂ ਗੁੰਮਰਾਹ ਕਰਤਾ। ਜੇ ਉਸ ਹਾਲਾਤ 'ਚੋਂ ਵੀ ਕੋਈ ਬਚ ਕੇ ਆ ਗਿਆ, ਇਲੈਕਸ਼ਨ 'ਚ ਖਲੋ ਗਿਆ, ਆਹ ਮੇਰੇ ਹਲਕੇ 'ਚ ਹੈ, ਉਹਨਾਂ 'ਤੇ ਮੇਰੇ ਖਾਸ ਬੰਦਿਆਂ 'ਤੇ SC ਐਕਟ, ਸ਼ਡਿਊਲ ਟ੍ਰਾਈਬ ਐਕਟ, ਫਿਰ ਉੱਤੋਂ 326, 452, ਕੋਈ 307, ਕੋਈ ਧਾਰਾ ਇਹ ਜੀ ਨਹੀਂ ਛੱਡੀ ਜਿਹੜੇ ਜਿਹੜਾ ਦੇ ਕਾਗਜ਼ ਬਚ ਗਏ ਸੀ, ਫਿਰ ਉਹਨਾਂ ਦੇ ਆਲੇ ਦੁਆਲੇ ਉਹ ਧਾਰਾਵਾਂ ਲਾ ਦਿੱਤੀਆਂ ਕਿ ਇਹ ਵੋਟਾਂ ਮੰਗਣ ਹੀ ਨਾ ਜਾਣ, ਹਲਕੇ 'ਚ ਨਾ ਫਿਰਨ। ਮੈਂ ਗੱਲ ਠੀਕ ਕਹਿ ਰਿਹਾ ਕਿ ਗਲਤ ਕਹਿ ਰਿਹਾ? ਹਾਲਾਤ ਇਹ ਜੇ ਬਣੇ ਕਿ ਨਹੀਂ ਬਣੇ? ਅਤੇ ਜੇ ਉਹ ਹਾਲਾਤਾਂ ਤੋਂ ਵੀ ਕੋਈ ਬਚ ਗਿਆ, ਫਿਰ ਜਿਸ ਦਿਨ ਗਿਣਤੀ ਹੁੰਦੀ ਸੀ ਰਹਿੰਦੀ ਖੁੰਦੀ ਕਸਰ ਉੱਧਰ ਕੱਢਤੀ। ਜੇ ਕੋਈ 10-20 ਅਤੇ ਅਕਾਲੀ ਜਿੱਤਦਾ ਸੀ ਨਾ, ਇਹ ਕਿਹੜਾ ਵੋਟਾਂ 20-40 ਹਜ਼ਾਰ ਪੈ ਰਹੀ ਸੀ, ਕਿਸੇ ਨੇ 3-3 ਹਜ਼ਾਰ 'ਤੇ ਜਿੱਤਣਾ ਸੀ ਜਾਂ 5 ਹਜ਼ਾਰ 'ਤੇ ਜਿੱਤਣਾ ਸੀ? ਜਿੱਤ ਤਾਂ ਹਾਰ 100 ਦੇ ਅੰਦਰ ਅੰਦਰ ਹੀ ਹੋਣੀ ਸੀ। ਉਹ ਜੇ ਅਕਾਲੀ ਜਿੱਤ ਜਾਂਦਾ ਸੀ, ਉਹਦੀ ਦੇਹ ਤੇਰੇ ਦੀ ਦੇਹ ਤੇਰੀ ਦੁਬਾਰ ਤੋਂ ਗਿਣਤੀ ਕਰਾ, ਦੁਬਾਰ ਤੋਂ ਗਿਣਤੀ ਕਰਾ। ਜਦ ਤੱਕ ਉਹ 100 'ਤੇ ਹਰਾ ਨਹੀਂ ਦਿੰਦੇ ਸੀ ਉਹਨੂੰ, ਉਦੋਂ ਤੱਕ ਗਿਣਤੀ ਨਹੀਂ ਪਿਓ ਦੀ ਪੁੱਤ ਮੁੱਕਦੀ ਸੀ, ਤਦ ਤੱਕ ਪੰਜੇ ਵਾਲਾ ਨਿਕਲ ਨਾ ਜਾਵੇ। ਇਹਨਾਂ ਹਾਲਾਤਾਂ 'ਚ ਵੀ ਤੁਸੀਂ ਓਨੀਆਂ ਹੀ ਸਿੱਟਾਂ ਜਿੱਤ ਕੇ ਆਏ ਹੋ ਜਿੰਨੀਆਂ ਕਾਂਗਰਸੀ 2009 'ਚ ਅਤੇ 2014 'ਚ ਜੇ ਤੁਹਾਡੀ ਸਰਕਾਰ ਸੀ ਜਿੱਤੀ। ਕਹਿਣ ਦਾ ਭਾਵ ਕਿ ਉਦੋਂ ਇਲੈਕਸ਼ਨ ਫ੍ਰੀ ਹੋਈ ਸੀ, ਮਗਰ ਉਦੋਂ ਕਾਂਗਰਸ ਨੂੰ ਕਾਮਯਾਬੀ ਨਹੀਂ ਮਿਲੀ। ਇਹਨਾਂ ਹਾਲਾਤਾਂ ਦੇ ਬਾਵਜੂਦ ਵੀ, ਕਰਫਿਊ ਲੱਗਣ ਤੋਂ ਬਾਅਦ ਵੀ, ਲੋਕਤੰਤਰ ਦਾ ਘਾਣ ਹੋਣ ਤੋਂ ਬਾਅਦ ਵੀ, ਤੁਸੀਂ ਫੇਰ ਸੀਟਾਂ ਓਨੀਆਂ ਲਗਭਗ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਜਿੱਤ ਕੇ ਆਏ ਹੋ। ਮੇਰੇ ਵੀਰੋ, ਇਸ ਲਈ ਦਿਲ ਨਾ ਛੱਡੋ, ਜਿੱਤ ਤੁਹਾਡੇ ਦਰਵਾਜ਼ੇ ਅੱਗੇ ਖਲੋਤੀ ਹੈ। ਇਕੱਲਾ ਹਿੰਮਤ ਅਤੇ ਆਪਦੇ ਨਿਸ਼ਾਨੇ 'ਤੇ ਜੋ ਲੋਕਾਂ ਦੀ ਸੇਵਾ ਬਣਦੀ ਹੈ ਉਹਨੂੰ ਲੈ ਕੇ ਚੱਲਦੇ ਰਹੋ, ਅਤੇ ਮੇਰਾ ਮੰਨਣਾ ਜਿੱਤ ਆਉਣ ਵਾਲੀ ਪਾਰਲੀਮੈਂਟ 'ਚ ਤੁਹਾਡੀ ਹੋਣੀ। ਹਾਂ, ਜਿੱਤ ਇੱਕ ਦੀ ਹੋਈ, ਲੋਕਤੰਤਰ ਹਾਰ ਗਿਆ,
ਤੇ ਡੰਡਾ ਤੰਤਰ ਜਿੱਤ ਗਿਆ। ਤੇ ਮੈਨੂੰ ਅੱਜ ਪਤਾ ਲੱਗਿਆ ਸੁਖਬੀਰ ਜੀ, ਕਾਂਗਰਸੀਆਂ ਨੇ ਫੈਸਲਾ ਹੀ ਕਰ ਲਿਆ ਕਿ ਹੁਣ ਜ਼ਿਲ੍ਹੇ ਪ੍ਰਧਾਨਾਂ ਦੀ ਲੋੜ ਨਹੀਂ ਰਵੇਣੀ, ਉਹਨਾਂ ਨੇ ਸਾਰੇ SSPਆਂ ਨੂੰ ਆਪਦਾ ਜ਼ਿਲ੍ਹਾ ਪ੍ਰਧਾਨ ਲਾ ਦੇਣਾ, ਕਿਉਂਕਿ ਜਿੱਤੇ ਤਾਂ SSP ਆ ਜਿਨ੍ਹਾਂ ਨੇ ਗਲਤ ਕੰਮ ਕੀਤਾ। ਅੱਜ ਜਿਵੇਂ ਤੁਹਾਡੇ ਵਾਲਾ ਕੀ ਨਾਂ ਉਹਦਾ, ਆਪਣਾ ਕੀ ਨਾਂ ਦੱਸਿਆ ਸੀ ਜੀ, ਉਹ ਥੋੜ੍ਹਾ ਭਾਰਾ ਜਿਹਾ, ਗੁੱਗਲ ਜਿਹਾ, ਗੋਲੂ ਜਿਹਾ, ਬੋਲੂ ਜਿਹਾ, ਢੇਸੀ, ਮੈਨੂੰ ਕਈ ਪੁਲਿਸ ਵਾਲੇ ਜਿਹੜੇ ਸਿਆਣੇ ਵੀਰ ਆ ਉਹਨਾਂ ਦਾ ਫੋਨ ਆਇਆ। ਤੁਸੀਂ ਵੇਖੋ ਉਹ ਪੁਲਿਸ ਵਾਲੇ ਦਾ ਵੀ, ਵੈਸੇ ਤਾਂ ਬਾਲ ਸਾਹਿਬ ਰੱਬ ਸੁੱਖ ਰੱਖੇ, ਉਹਦੀ ਇਨਕੁਆਇਰੀ ਚਲੋ, ਜਿਹੜਾ ਉਹਨੇ ਡੈਮੋਕਰੇਸੀ ਦਾ, ਲੋਕਤੰਤਰ ਦਾ ਘਾਣ ਕੀਤਾ, ਬੂਥ ਕੈਪਚਰਿੰਗ ਉਹਨੇ ਆਪ ਕਰਾਈ ਆ। ਹਾਲੇ ਤਾਂ ਮੈਂ ਕਹਿਣਾ ਨਹੀਂ ਚਾਹੁੰਦਾ, ਤੁਸੀਂ ਵੀਡੀਓ ਬਣਾ ਲੈਂਦੇ ਹੋ, ਮਗਰ ਸਮਾਂ ਆ ਲੈਣ ਦੇ, ਇੰਨਾ ਪਿਆਰ ਦੇਵਾਂਗੇ ਉਹਨੂੰ, ਇੰਨਾ ਪਿਆਰ ਦੇਵਾਂਗੇ ਮਿੱਤਰਾ, ਉਹਨ ਤੋਂ ਸਵਾਇਆ ਨਹੀਂ ਜਾਣਾ ਉਹ ਪਿਓ ਦੇ ਪੁੱਤ ਕੋਲੋਂ। ਤੇ ਮੈਂ ਲੁਧਿਆਣੇ ਵਾਲਿਆਂ ਤੁਹਾਨੂੰ ਵੀ ਕਹਿੰਦਾ, ਤੁਸੀਂ ਥੋੜ੍ਹੀ ਵੱਧ ਪੜ੍ਹੀ ਲਿਖੀ ਗੱਲ ਕਰ ਜਾਂਦੇ ਹੁੰਦੇ ਹੋ, ਬਾਹਲੀ ਪੜ੍ਹੀ ਲਿਖੀ ਗੱਲ ਤਾਂ ਚਲੋ ਕਰਨੀ ਚਾਹੀਦੀ, ਮਗਰ ਜਿਹਨਾਂ ਨੂੰ ਜਿਹੜੀ ਭਾਸ਼ਾ ਸਮਝ ਆਵੇ ਨਾ, ਫਿਰ ਮਾੜੀ ਜਿਹੀ ਲਿਸਟ ਵੀ ਹੁਣ ਬਣਾ ਲਿਓ। ਸੁਖਬੀਰ ਜੀ ਨੇ ਤਾਂ ਲਾਲ ਡਾਇਰੀ ਰਾਈ ਆ, ਤੁਸੀਂ ਵੀ ਪੀਲੀ ਨੀਲੀ ਡਾਇਰੀ ਇੱਕ ਲਾ ਲਿਓ, ਮੈਂ ਤੁਹਾਨੂੰ ਦੱਸਾਂ, ਜਦੋਂ ਸਾਡੇ ਵਰਗੇ ਨੂੰ ਉਦੋਂ ਯਾਦ ਕਰਾ ਦਿਆ ਕਰਿਓ, ਇਹਨਾਂ ਨੂੰ ਇਹੋ ਜਿਹਾ ਪਿਆਰ ਦੇਵਾਂਗੇ, ਇਹੋ ਜਿਹਾ ਪਿਆਰ ਦੇਵਾਂਗੇ ਕਿ ਮੁੜ ਕੇ ਇਹੋ ਜਿਹੇ ਅਫਸਰ ਕਦੇ ਲੋਕਤੰਤਰ ਦਾ ਕਾਣ ਕਰਨ ਦੀ ਕੋਸ਼ਿਸ਼ ਨਹੀਂ ਕਰਨਗੇ। ਮੇਰੇ ਵੀਰੋ, ਮੈਨੂੰ ਦੁੱਖ ਨਾਲ ਕਹਿਣਾ ਪੈਂਦਾ, ਸਾਡੇ ਹਲਕੇ 'ਚ ਕੋਈ, ਤੁਸੀਂ ਐਂ ਨਾ ਸਮਝ ਲਿਓ ਮੈਂ ਜਿੱਤਿਆ, ਮੈਂ ਬਿਲਕੁਲ ਨਹੀਂ ਜਿੱਤਿਆ। ਜਿੱਤਿਆ ਤੇ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕਰਤੀ, ਸਾਡਾ ਤਾਂ ਉਹ ਆਲਾ ਲੱਲੂ ਕਰੇ ਕਵੱਲੀ, ਰੱਬ ਸਿੱਧੀਆਂ ਪਾਵੇ। ਟਿੱਲ ਦਾ ਜ਼ੋਰ ਲਾ ਲਿਆ ਮੇਰੇ ਵਰਗੇ ਨਿਮਾਣੇ ਨਾ ਚੀਜ਼ ਇਨਸਾਨ ਨੂੰ ਹਰਾਉਣ ਨੂੰ। ਤੁਸੀਂ ਹੈਰਾਨ ਹੋਵੋਗੇ ਕਿ ਸਿੱਖਾਂ ਦੀਆਂ ਪੱਗਾਂ ਲਾਈਆਂ ਗਈਆਂ, ਉਹਨਾਂ ਨੂੰ ਦਾੜੀ ਤੇ ਕੇਸਾਂ ਨਾਲ ਧੂਆ ਗਿਆ, ਸਾਡੇ ਦਲਿਤ ਵੀਰਾਂ ਨੂੰ ਅਪਮਾਨਿਤ ਕੀਤਾ ਗਿਆ, ਜਾਤੀ ਸੂਚਕ ਲਫ਼ਜ਼ ਵਰਤੇ ਗਏ ਮੇਰੇ ਕੈਂਡੀਡੇਟਾਂ ਦੇ ਖਿਲਾਫ, ਕਿ ਇਹਨਾਂ ਨੂੰ ਇਸ ਤਰੀਕੇ ਨਾਲ ਡੀਮੋਰਲਾਈਜ਼ ਕਰ ਦਈਏ ਕਿ ਇਹ ਅੱਗੇ ਉੱਥੇ ਬੂਥਾਂ 'ਤੇ ਖਲੋਣ ਜੋਗੇ ਨਾ ਰਹਿਣ। ਮਗਰ ਮੈਂ ਸਲਾਮ ਕਰਦਾ ਤੁਹਾਡਾ, ਇੱਕ ਇੱਕ ਵਰਕਰ ਨੂੰ ਕਰਦਾ ਸਾਰੇ ਪੰਜਾਬ 'ਚ, ਇੱਕ ਇੱਕ ਉਸ ਕੈਂਡੀਡੇਟ ਨੂੰ ਕਰਦਾ ਜਿਹੜੀ ਏਡੀ ਆਂਧੀ ਅੰਧੇਰੀ ਵਗਦੀ ਸੀ, ਮਗਰ ਫਿਰ ਵੀ ਤੁਸੀਂ ਛਾਤੀ ਡਾਹ ਕੇ ਖਲੋਤੇ ਤੇ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਲੜਦੇ ਰਹੇ। ਮੈਂ ਇਹ ਵੀ ਬੇਨਤੀ ਕਰਦਾ ਕਿ ਰਾਹੁਲ ਗਾਂਧੀ ਦੀ ਥਾਂ ਵੀ ਕੋਈ ਪੁਲਿਸ ਵਾਲੇ ਨੂੰ ਇਹ ਪ੍ਰਧਾਨ ਲਾ ਦੇਣ ਕਾਂਗਰਸ ਦਾ, ਤੇ ਸ਼ਾਇਦ ਇਹਨਾਂ ਦੇ ਰਿਜ਼ਲਟ ਠੀਕ ਹੋ ਜਾਣ, ਕਿਉਂਕਿ ਰਾਹੁਲ ਗਾਂਧੀ ਤੇ ਜਿੱਥੇ ਜਾਂਦਾ ਉੱਥੇ ਕਾਂਗਰਸ ਦਾ ਤਾਂ ਭੋਗ ਪਾਈ ਆਉਂਦਾ। ਆ ਮੇਰੇ ਹਲਕੇ 'ਚ ਵੀ ਆਇਆ ਸੀ ਹੈਲੀਕਾਪਟਰ, ਮਾਝੇ 'ਚੋਂ 25 ਹਲਕਿਆਂ 'ਚੋਂ ਇਕੱਲੇ ਮਜੀਠੀ ਉਤਰਿਆ ਸੀ ਆ ਕੇ, ਅਤੇ ਮੌਸਮ ਫਿਰ ਉਸ ਦਿਨ ਇਹੋ ਜਿਹਾ ਵਧੀਆ ਬਣਿਆ ਸੀ, ਅਤੇ ਮੈਂ ਬਿਆਨ ਦੇ ਦਿੱਤਾ, ਮੈਂ ਕਿਹਾ ਵੇਖੀ ਰੱਬਾ ਇਹਦਾ ਹੈਲੀਕਾਪਟਰ ਉੱਤਰ ਜਾਵੇ ਕਿਤੇ ਰਹਿ ਜੇ, ਅਤੇ ਮੇਰਾ ਕੰਮ ਨਾ ਖਰਾਬ ਹੋ ਜਾਵੇ। ਕਾਂਗਰਸ ਹੀ ਗੁੱਸਾ ਕਰ ਗਏ ਕਿ ਦੱਸੋ ਸਾਡੇ ਪ੍ਰਧਾਨ ਬਾਰੇ ਪੁੱਠਾ ਬੋਲਦਾ। ਮੈਂ ਕੀ ਮਾੜਾ ਬੋਲਿਆ, ਮੈਂ ਤਾਂ ਇਹੀ ਕਿਹਾ ਕਿ ਇਹਦਾ ਹੈਲੀਕਾਪਟਰ ਉੱਤਰ ਜਾਵੇ ਕਿਤੇ ਮੌਸਮ ਖਰਾਬ ਕਰਕੇ ਰਹਿ ਨਾ ਜਾਵੇ, ਕਿਉਂਕਿ ਮੈਨੂੰ ਤਾਂ ਆਪਦਾ ਪਾੜਾ ਸੋਚਦਾ ਸੀ, ਕਿਉਂਕਿ ਇਹਦੀ ਬਖਸ਼ਿਸ਼ ਹੀ ਰੱਬ ਨੇ ਇਹੋ ਜਿਹੀ ਕੀਤੀ ਆ ਕਿ ਜਿੱਥੇ ਇਹਦੇ ਚਰਨ ਪੈ ਜਾਂਦੇ ਉੱਥੋਂ ਦਾ ਕਾਂਗਰਸ ਦਾ ਸਫਾਇਆ ਹੀ ਹੋ ਜਾਂਦਾ। ਅਤੇ ਮੇਰੇ ਵੀਰੋ, ਉਹ ਆਇਆ 25 ਹਲਕਿਆਂ ਤੋਂ ਮਾਝੇ 'ਚ ਮਜੀਠੀ ਆਇਆ ਅਤੇ ਕੰਮ ਕਰ ਗਿਆ ਆਪਦਾ। ਉੱਥੋਂ ਬਾਅਦ ਉਹ ਸੁਖਬੀਰ ਜੀ, ਤੁਹਾਨੂੰ ਯਾਦ ਆਉਣਾ, ਤੁਹਾਡੇ ਹਲਕੇ 'ਚ ਗਿਆ ਸੀ, ਤੁਹਾਡੀ ਵੀ ਗੱਡੀ ਵਧੀਆ ਗੱਲ ਬਣਾਇਆ,
ਮੁੜ ਕੇ ਲੰਬੀ ਗਿਆ ਸੀ, ਉੱਥੋਂ ਵੀ ਐਨ ਸਫਾਇਆ ਭੋਗ ਕਾਂਗਰਸ ਦਾ ਪਾਇਆ, ਮੁੜ ਕੇ ਮੈਨੂੰ ਲੱਗਦਾ ਫਲੋਰ ਆਇਆ ਸੀ, ਉੱਥੋਂ ਵੀ ਕੰਮ ਕਰ ਗਿਆ। ਇਸ ਲਈ ਅਸੀਂ ਤਾਂ ਫਿਰ ਕਿਉਂ ਨਾ ਇਹੋ ਜਿਹੀ ਮੰਗ ਕਰੀਏ ਕਿ ਉਹਦਾ ਨਾ ਤੇਲ ਮੁੱਕੇ ਨਾ ਹੈਲੀਕਾਪਟਰ, ਇਹ ਜਾ ਤਾਂ ਖਲੋਵੇ ਦੇ ਚਰਨ ਪੈਂਦੇ ਨੇ। ਮਗਰ ਹੁਣ ਪਤਾ ਲੱਗਾ ਕਾਂਗਰਸੀਆਂ ਨੇ ਵੀ ਮਨ ਬਣਾ ਲਿਆ ਕਿ ਇਹ ਜਿਹਾ ਰਿਜ਼ਲਟ ਤਾਂ ਉਹ ਕਹਿੰਦੇ ਜੇ ਐਮ ਪੀ ਜਿੱਤਣੀ ਆ ਨਾ ਤਾਂ ਕਿਤੇ ਖਾਕੀ ਵਰਦੀ ਵਾਲੇ ਨੂੰ ਪ੍ਰਧਾਨ ਲਾ ਦਿਓ ਕਾਂਗਰਸ ਦਾ, ਅਤੇ ਇਹਨਾਂ ਨੂੰ ਭੁਲੇਖਾ ਛੇ ਡੰਡੇ ਦੀ ਜ਼ੋਰ ਨਾਲ ਛੇ ਸੀਟਾਂ ਵੱਧ ਆ ਜਾਣਗੀਆਂ। ਉਦੋਂ ਇਲੈਕਸ਼ਨ ਆ ਪੰਜਾਬ ਇਲੈਕਸ਼ਨ ਕਮਿਸ਼ਨ ਨੇ ਨਹੀਂ ਕਰਾਉਣੀ, ਉਦੋਂ ਇਲੈਕਸ਼ਨ ਕਰਾਉਣੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ, ਅਤੇ ਉਦੋਂ ਨਹੀਂ ਤੁਹਾਡਾ ਕੰਮ ਚੱਲਣਾ। ਮਗਰ ਚਲੋ ਇਹ ਮਨ ਬਣਾਉਂਦੇ ਫਿਰਦੇ ਆ। ਫਿਰ ਆ ਜਿਹੜੀ ਦੂਜੀ ਪਾਰਟੀ ਹੈ ਜਿਹੜਾ ਰੋਜ਼ ਰੌਲਾ ਪਾਉਂਦਾ ਐਡਾ, ਜਿਵੇਂ ਪਤਾ ਨਹੀਂ ਕੀ ਇਹਦੇ ਰੌਲੇ, ਜਿਵੇਂ ਟਟੀਰੀ ਹੁੰਦੀ ਹੈ ਨਾ ਉਹਨੂੰ ਐਂ ਹੁੰਦਾ ਕਿ ਜੇ ਲੱਤਾਂ ਥੱਲੇ ਨੂੰ ਕਰ ਲਈਏ ਕਦੇ ਅਸਮਾਨ ਡਿੱਗ ਹੀ ਨਾ ਪਵੇ, ਉਤਰਾ ਰੌਲਾ ਪਾਈ ਫਿਰਦਾ। ਇੱਕ ਪੰਜਾਬ ਦੀ ਗੱਲ ਕਰੋ, ਪੰਜਾਬੀਅਤ ਦੀ ਗੱਲ ਕਰੋ, ਉਹ ਲੱਭਿਆ ਕਿੱਥੇ? ਲੱਭਿਆ ਤੁਸੀਂ ਸਮਝ ਗਏ ਹੋਣੇ ਮੈਂ ਕਿਹਦੀ ਗੱਲ ਕਰਦਾ, ਜਿਹੜੇ ਸਮਝ ਗਏ ਦੱਸ ਜਿਓ, ਜਿਹੜੇ ਨਹੀਂ ਸਮਝਿਓ ਹੈਂ ਹੈਂ ਉਹਦਾ ਨਾਂ ਨਹੀਂ ਮੈਂ ਲੈਣਾ, ਤੁਸੀਂ ਆਪ ਹੀ ਲੈ ਦਿਓ। ਸਮਝ ਗਏ ਦੋ ਚਾਰ ਤਾਂ ਇੱਥੇ, ਜਿਹੜਾ ਬੜਾ ਕਦੇ ਕੇਜਰੀਵਾਲ ਦੇ ਗੱਲ ਪੈ, ਉਦੋਂ ਕਹਿੰਦਾ ਸੀ ਕੇਜਰੀਵਾਲ ਵਰਗਾ ਬੰਦਾ ਨਹੀਂ ਅਤੇ ਹੁਣ ਕੇਜਰੀਵਾਲ ਦੇ ਗੱਲ ਪੈਂਦਾ। ਵੈਸੇ ਐਵੇਂ ਮੈਂ ਕਹਾਂ ਮੈਨੂੰ ਤਾਂ ਕੇਜਰੀਵਾਲ ਹੁਣ ਬਹੁਤ ਚੰਗਾ ਲੱਗਦਾ, ਮੇਰੇ ਨਾਲ ਤਾਂ ਸਲਾਹ ਨਾਲ ਹੀ ਚੱਲਦਾ ਜਦੋਂ ਉਹਨਾਂ ਮੇਰੇ ਨਾਲ ਮਾਫ਼ੀ ਮੰਗੀ। ਇਸ ਲਈ ਭਰਾਵੋ ਮੈਂ ਤਾਂ ਐਵੇਂ ਉਹਨੂੰ ਮਾੜਾ ਕਹਿ ਦਿਆਂ ਤਾਂ ਗਲਤ ਗੱਲ ਆ, ਮਗਰ ਮੈਂ ਉਹਦੀ ਗੱਲ ਕਰ ਲਾਂ। ਆ ਇਸ ਤੋਂ ਪਹਿਲਾਂ ਮਿਊਨਿਸਪਲ ਕਮੇਟੀ ਦੀ ਇਲੈਕਸ਼ਨ ਹੋਈ ਸੀ, ਇੱਕ ਸੀਟ ਪਲੱਥ ਹਲਕੇ ਤੋਂ ਨਹੀਂ ਜਿੱਤਿਆ, ਅਤੇ ਵੱਡਾ ਗੱਲਾਂ ਕਰੂੰ ਬਹੁਤ ਵੱਡੀਆਂ। ਆ ਹੁਣ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀ ਇਲੈਕਸ਼ਨ ਹੋਈ ਆ, ਕਾਂਗਰਸ ਹੀ ਜਿੱਤ ਗਏ ਜਾਂ ਬੀਬੀ ਜਗੀਰ ਕੌਰ ਦੀ ਬੇਟੀ ਜਿੱਤ ਗਈ, ਇਹ ਭਾਉ ਦਾ ਪਤਾ ਲੱਗਿਆ ਕਿੱਧਰ ਨੂੰ ਗਿਆ? ਕਦੇ ਲਾਇਆ ਸਾਹਿਬ ਕਿੱਧਰ ਨੂੰ ਗਿਆ ਕਿ ਨਹੀਂ ਲਾਇਆ ਸਾਹਿਬ? ਇਹ ਦੂਰਬੀਨ ਨਾਲ ਵੀ ਵੇਖੋ ਨਾ ਤਾਂ ਨਹੀਂ ਝਾੜੂ ਵਾਲਾ ਲੱਭਦਾ ਕਿ ਕੋਈ ਜਿੱਤਿਆ ਵੀ ਆ ਕਿਸੇ ਪਾਸਿਓਂ ਕਿ ਨਹੀਂ। ਇਹਨਾਂ ਦਾ ਝਾੜੂ ਇਹੋ ਜਿਹਾ ਮੈਨੂੰ ਲੱਗਦਾ ਪੁੱਠਾ ਹੀ ਫਿਰਨ ਲੱਗ ਪਿਆ, ਹੁਣ ਇਹਨਾਂ 'ਤੇ ਫਿਰਨ ਲੱਗ ਪਿਆ। ਮੇਰੇ ਵੀਰੋ ਇਹ ਬਚ ਜਿਓ, ਅਸੀਂ ਉਦੋਂ ਕਹਿੰਦੇ ਸਾਂ, ਉਦੋਂ ਕਿਸੇ ਨੇ ਸਾਡੀ ਗੱਲ ਨਹੀਂ ਮੰਨੀ ਕਿ ਵੋਟ ਭਾਵੇਂ ਪੰਜੇ ਨੂੰ ਪਾ ਦਿਓ ਭਾਵੇਂ ਝਾੜੂ ਨੂੰ ਪਾ ਦਿਓ, ਡਿੱਗਣੀ ਫੇਰ ਰਾਹੁਲ ਗਾਂਧੀ ਦੇ ਚਰਨਾਂ 'ਚ ਹੈ, ਇਹ ਕਿਸੇ ਹੋਰ ਨਹੀਂ ਡਿੱਗਣੀ। ਅਤੇ ਹੁਣ ਗੱਲ ਸੱਚ ਹੋਊਗੀ ਕਿ ਨਹੀਂ? ਹਰੇਕ ਥਾਂ 'ਤੇ ਮੇਰੇ ਹਲਕੇ 'ਤੇ ਅੱਗੇ ਹੋ ਕੇ ਇਹਨਾਂ ਨੇ ਵੋਟਾਂ ਕਾਂਗਰਸ ਲਈ ਮੰਗੀਆਂ, ਇੱਕ ਕੈਂਡੀਡੇਟ ਨਹੀਂ ਖਿਲਾਰਿਆ। ਆ ਪਲੱਥ ਦਾ ਹੀ ਪਤਾ ਕਰ ਲਓ ਜਿਹੜਾ ਸਭ ਤੋਂ ਵੱਧ ਰੌਲਾ ਪਾਉਂਦਾ, ਆਪਦਾ ਭਾਈਆ ਕਿੱਥੇ ਲਵਾਇਆ ਨੇ? ਇਹਦੇ ਭਾਈਏ ਦਾ ਨਾਂ ਪਤਾ ਕਿ ਨਹੀਂ ਪਤਾ? ਕੀ ਆ ਇਹਦੇ ਭਾਈਏ ਦਾ ਨਾਂ? ਜਸਟਿਸ ਤਾਂ ਕਾਹਦਾ, ਮੇਰਾ ਵੀ ਰਹਿ ਗਿਆ ਉਹਦਾ। ਇਹ ਮੇਰੇ ਹਲਕੇ ਦਾ ਹੀ ਹੈ, ਮੇਰੇ ਹਲਕੇ ਦਾ ਹੈ, ਚੰਨਣ ਕੇ ਪਿੰਡ ਦਾ ਹੈ, ਅਤੇ ਮੈਨੂੰ ਲੱਗਦਾ ਕਦੇ ਕੋਈ ਕੰਮ ਜਦੋਂ ਦਾ ਰਿਟਾਇਰ ਹੋਇਆ ਕੋਈ ਚੱਜ ਦਾ ਕੀਤਾ ਨਹੀਂ। ਉਹ ਬਕਾਊ ਮਾਲ ਜਿਵੇਂ ਹੁੰਦਾ ਨਾ ਕਿ ਇਹ ਆਪ ਖਹਿਰਾ ਸਾਹਿਬ ਕਹਿੰਦੇ ਹੁੰਦੇ ਸਨ ਕਿ ਇਹ ਕਮਿਸ਼ਨਾਂ ਦਾ ਕੀ ਹੈ ਜੀ, ਇਹ ਤਾਂ ਰਿਟਾਇਰਡ ਜੱਜ ਹੁੰਦੇ ਆ, ਇਹ ਜਿਹੜਾ ਇਹਨਾਂ ਦੀ ਜੇਬ ਗਰਮ ਕਰ ਦੇਵੇ ਉਹਨਾਂ ਦੀ ਬੋਲੀ ਬੋਲਣਾ ਸ਼ੁਰੂ ਕਰ ਦਿੰਦੇ ਆ। ਯਾਦ ਹੋਊ ਟੀ ਵੀ ਵਾਲਿਆਂ ਨੂੰ, ਆ ਉਹਨੇ ਉਹਦੇ ਮਸਲੇ 'ਚ ਕਿਹਾ ਸੀ ਜਿਹੜਾ ਉਹ ਮੰਤਰੀ ਇਹਨਾਂ ਦਾ ਰੇਤਾ ਬਹੁਤ ਖਾਣ ਲੱਗ ਪਿਆ ਸੀ, ਇੱਕ ਕੀ ਨਾ ਉਹਦਾ ਰਾਣਾ ਗੁਰਜੀਤ, ਉਦੋਂ ਰਾਣਾ ਨਾਰੰਗ ਕਮਿਸ਼ਨ ਬਣਿਆ ਸੀ, ਨਾਰੰਗ ਕਮਿਸ਼ਨ ਨੇ ਤਾਂ ਦੇ ਦਿੱਤੀ ਕਲੀਨ ਚਿੱਟ ਰਾਣੇ ਨੂੰ, ਫਿਰ ਉਹਦਾ ਅਸਤੀਫਾ ਕਿਉਂ ਲੈਣਾ ਪੈ ਗਿਆ? ਕਿਉਂਕਿ ਰਿਪੋਰਟ ਸਾਰੀ ਝੂਠੀ ਨਿਕਲੀ। ਆ ਫਿਰ ਇੱਕ ਹੋਰ ਕਮਿਸ਼ਨ ਬਣਾਇਆ ਆਪਣਾ ਕੀ ਨਾ ਉਹਦਾ ਮਹਿਤਾਬ ਸਿੰਘ ਗਿੱਲ ਆ ਤੁਹਾਡੇ ਗਵਾਂਢੀ ਦਾ, ਜਿੱਥੇ ਕੈਪਟਨ ਆ ਕੇ ਰਹਿੰਦਾ ਰਿਹਾ। ਮੇਰੇ ਵੀਰੋ ਹਾਈ ਕੋਰਟ ਨੇ ਉਹਦੇ ਖਿਲਾਫ਼ ਸਖ਼ਤ ਟਿੱਪਣੀਆਂ ਕੀਤੀਆਂ ਕਿ ਆਪਣੀ ਹੱਦਾਂ ਤੋਂ ਬਾਹਰ ਜਾ ਕੇ ਕਮਿਸ਼ਨ ਫੈਸਲਾ ਕਰਦਾ। ਅਤੇ ਤੀਜਾ ਕਮਿਸ਼ਨ ਕਿਹਦਾ ਲਾਇਆ?
ਸਾਰਾ ਹੀ ਟੱਬਰ ਇਹ ਭਾਊ ਦਾ ਭਲਾਥ ਵਾਲੇ ਦਾ, ਇੱਕ ਤਾਂ ਕੈਪਟਨ ਅਮਰਿੰਦਰ ਸਿੰਘ ਨਾਲ ਸੈੱਟ ਹੋ ਗਿਆ ਰਣਜੀਤ ਸਿੰਘ, ਵਧੀਆ ਗੱਡੀ 4-5 ਲੱਖ ਮਹੀਨੇ ਦਾ ਜੁੜ ਜਾਂਦਾ, ਗਨਮੈਨ ਮਿਲ ਗਏ, ਕੋਠੀ ਮਿਲ ਗਈ, ਪੀਏ ਮਿਲ ਗਏ, ਵਾਹਵਾ ਕੁਝ ਮਿਲ ਗਿਆ, ਫਿਰ ਉਹਦੀ ਬੋਲੀ ਤੋਤੇ ਵਾਂਗੂ ਬੋਲੂ ਕਿ ਨਹੀਂ ਬੋਲੂ, ਉਹਦੇ ਹਿਸਾਬ ਨਾਲ ਚੱਲੂ। ਆਪਦੀ ਬੇਟੀ ਅਪਲੱਥ ਵਾਲੇ ਦੀ ਭਾਂਜੀ ਕਿੱਥੇ ਲੱਗ ਗਈ? ਐਡਵੋਕੇਟ ਜਰਨਲ ਦੇ ਦਫ਼ਤਰ 'ਚ, ਡਿਪਟੀ ਐਡਵੋਕੇਟ ਜਰਨਲ। ਅਤੇ ਉਹ ਬੇਟੀ ਨੂੰ ਤਨਖਾਹ ਕਿੰਨੀ ਮਿਲਣ ਲੱਗ ਪਈ? 2 ਲੱਖ ਰੁਪਈਆ ਉਹਦੀ ਤਨਖਾਹ ਹੋ ਗਈ, ਕੋਠੀ ਅੱਡ, ਗੱਡੀ ਅੱਡ। ਤੁਹਾਨੂੰ ਤਾਂ ਵਿੱਚ ਬੱਤੀ ਦੇ ਬਿੱਲ ਭਰਨੇ ਪੈਂਦੇ ਕਿ ਨਹੀਂ ਭਰਨੇ ਪੈਂਦੇ? ਭਰਨੇ ਪੈਂਦੇ ਕਿ ਨਹੀਂ ਭਰਨੇ ਪੈਂਦੇ ਬਿੱਲ ਬੱਤੀ ਦੇ? ਉਹਨਾਂ ਦੋਵਾਂ ਤਿੰਨਾਂ ਨੂੰ ਤਾਂ ਮੁਫ਼ਤ ਹੋ ਗਿਆ ਸਾਰਾ ਕੰਮ। ਅਤੇ ਫਿਰ ਮੇਰੇ ਵੀਰੋ, ਇਹ ਕਾਂਗਰਸੀ ਹੋਇਆ ਕਿ ਕਿਸੇ ਹੋਰ ਪਾਰਟੀ ਦਾ ਹੋਇਆ? ਇਕੱਲਾ ਵਿਖਾਉਣ ਨੂੰ ਉਲਟ ਜਾਪਦਾ, ਵੇ ਚੌਥੀ ਰਲਿਆ ਫਿਰਦਾ। ਇਸ ਲਈ ਮੈਂ ਤਾਂ ਇੱਕ ਦਿਨ ਜਾਖੜ ਸਾਹਿਬ ਦਾ ਵੇਖ ਰਿਹਾ ਸੀ ਕੰਮ, ਕਹਿੰਦਾ ਜੀ ਧੰਨਵਾਦ ਕਰਦਾ ਇਲੈਕਸ਼ਨ ਕਮਿਸ਼ਨ ਦਾ, ਜਿਨ੍ਹਾਂ ਨੇ ਐਡੀ ਵਧੀਆ ਪਾਰਦਰਸ਼ਨੀ ਚੋਣ ਕਰਾਤੀ। ਮੈਂ ਕਿਹਾ ਬੱਲੇ ਹੋਏ, ਪੰਜਾਬ ਦੇ ਲੋਕਾਂ ਨੂੰ ਤਾਂ ਪੁੱਛੋ ਚੱਲ ਕੇ। ਮੈਂ ਕਿਹਾ ਐਡੇ ਕਿਰਤਘਾਨਾ ਕਾਂਗਰਸੀ, ਇਹ ਉਸ ਉਹਨਾਂ ਪੁਲਿਸ ਮੁਲਾਜ਼ਮਾਂ ਦਾ ਜਿਨ੍ਹਾਂ ਨੇ ਗੜਬੜ ਕੀਤੀ ਉਹਨਾਂ ਦਾ ਧੰਨਵਾਦ ਨਹੀਂ ਕੀਤਾ, ਅਤੇ ਜਿਨ੍ਹਾਂ ਨੇ ਆ ਗੁੰਡਿਆਂ ਨੇ ਗੁੰਡਾਗਰਦੀ ਕੀਤੀ, ਗੈਂਗਸਟਰਾਂ ਨੂੰ ਵਰਤਿਆ, ਮੈਂ ਤਾਂ ਐਡੇ ਓਡੇ ਕਿਰਤਘਾਨ ਨਿਕਲੇ, ਉਹਨਾਂ ਗੈਂਗਸਟਰਾਂ ਦਾ ਵੀ ਧੰਨਵਾਦ ਨਹੀਂ ਕੀਤਾ, ਕਿਉਂਕਿ ਜਿੱਤ ਤਾਂ ਇਹ ਗੁੰਡਾ ਤੰਤਰ ਦੇ ਅਤੇ ਡੰਡੇ ਤੰਤਰ ਦੀ ਹੋਈ ਸੀ, ਲੋਕਤੰਤਰ ਦੀ ਨਹੀਂ ਹੋਈ ਸੀ। ਇਸ ਲਈ ਮੇਰੇ ਵੀਰੋ, ਇਹ ਸਮੇਂ ਆਉਂਦੇ ਜਾਂਦੇ ਰਹਿੰਦੇ ਆ, ਤਗੜੇ ਹੋ ਕੇ ਇਕੱਠੇ ਹੋ ਕੇ ਜੇ ਇੱਕ ਦੂਜੇ ਨਾਲ ਸਿਰ ਜੋੜ ਕੇ ਕੰਮ ਕਰੋਗੇ, ਤਾਂ ਮੇਰਾ ਇਹ ਮੰਨਣਾ ਕਿ ਤੁਹਾਨੂੰ ਜ਼ਰੂਰ ਅੱਗੇ ਆਉਣ ਵਾਲੇ ਸਮੇਂ 'ਚ ਕਾਮਯਾਬੀ ਮਿਲੂਗੀ। ਮੈਂ ਕਿਉਂਕਿ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਬੋਲਣਾ, ਮੈਂ 2-3 ਬੇਨਤੀਆਂ ਕਰਕੇ ਆਪਦੀ ਜਗ੍ਹਾ ਲੈ ਲੈਣੀ ਹੈ। ਪਹਿਲੀ ਗੱਲ ਤਾਂ ਮੈਂ ਜ਼ਰੂਰ ਅੱਜ ਸਰਕਾਰ ਕੋਲੋਂ ਇਹ ਸਿਫਾਰਿਸ਼ ਕਰਦਾ ਕਿ ਐਡੇ ਵੱਡੇ ਪੱਧਰ 'ਤੇ ਮੀਂਹ ਕਣੀ ਆਈ ਹੈ, ਕਿਸਾਨੀ ਦਾ ਬਹੁਤ ਵੱਡਾ ਨੁਕਸਾਨ ਹੋਇਆ, ਇਮੀਡੀਏਟਲੀ ਤੁਸੀਂ ਇਹਦੀ ਗਿਰਦਾਵਰੀ, ਇਮੀਡੀਏਟਲੀ ਇੱਕ ਸਰਵੇ ਹੋਵੇ, ਅਤੇ ਇਮੀਡੀਏਟਲੀ ਜਿਹਨਾਂ ਕਿਸਾਨਾਂ ਦਾ, ਮਜ਼ਦੂਰਾਂ ਦਾ, ਖੇਤ ਮਜ਼ਦੂਰਾਂ ਦਾ ਨੁਕਸਾਨ ਹੋਇਆ, ਉਹਨੂੰ ਪਰ ਕਿੱਲੇ ਵਾਈਜ਼ ਵੱਡੇ ਪੱਧਰ 'ਤੇ 50-50 ਹਜ਼ਾਰ ਤੱਕ ਦੀ ਕੰਪਨਸੇਸ਼ਨ ਉਹਨਾਂ ਨੂੰ ਦੇਣੀ ਸ਼ੁਰੂ ਕੀਤੀ ਜਾਵੇ। ਭਾਵੇਂ ਉਹ ਕੋਈ ਉੱਥੇ ਨਰਮੇ ਦੀ ਖੇਤੀ ਕਰਦਾ ਸੀ ਜਾਂ ਕੋਈ ਹੋਰ ਖੇਤੀ, ਜਿਹੜੀ ਮਰਜ਼ੀ ਫਸਲ ਦੀ ਖੇਤੀ ਕਰਦਾ ਹੋਵੇ, ਜਿਹਦਾ ਪਾਣੀ ਨਾਲ, ਐਡੇ ਮੀਂਹ ਨਾਲ ਨੁਕਸਾਨ ਹੋਇਆ, ਹਨੇਰੀ ਚੱਲੇ ਦਾ ਨੁਕਸਾਨ ਹੋਇਆ, ਉਹਦੀ ਭਰਪਾਈ ਕਰਨੀ ਮੌਜੂਦਾ ਸਰਕਾਰ ਕੋਲ ਅੱਗੇ ਮੇਰੀ ਮੰਗ ਹੈ। ਫਿਰ ਮੈਂ ਉਹ ਜਿਹੜੇ ਕੰਟਰੈਕਚੁਅਲ ਇੰਪਲੋਈਜ਼, ਜਿਹੜੇ 28,000 ਦੀ ਗਿਣਤੀ ਸੀ, ਉਹਨਾਂ ਦਾ ਇੱਕ ਖਾਸ ਸੈਸ਼ਨ ਬੁਲਾ ਕੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਉਹਨਾਂ ਨੂੰ ਪੱਕੇ ਕਰਤਾ ਸੀ, ਮਗਰ ਮੌਜੂਦਾ ਸਰਕਾਰ ਨੇ ਉਹਨਾਂ ਦਾ ਗਲਾ ਘੁੱਟਣ ਦਾ ਕੰਮ ਕੀਤਾ। ਅੱਜ ਵੱਡੇ ਪੱਧਰ 'ਤੇ ਉਹ ਧਰਨਾ ਲਾਈ ਬੈਠੇ ਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਂ ਵਿਸ਼ਵਾਸ ਦਿਵਾਉਂਦਾ ਕਿ ਜ਼ਿਲ੍ਹੇਵਾਰ ਆਪਦੇ ਲੀਡਰਾਂ ਨੂੰ, ਵਰਕਰਾਂ ਨੂੰ ਬੇਨਤੀ ਕਰਦਾ ਕਿ ਤਗੜੇ ਹੋ ਕੇ ਉਹਨਾਂ ਦਾ ਸਾਥ ਦਿਓ, ਜਿੱਥੇ ਉਹਨਾਂ ਦਾ ਧਰਨਾ ਉਹਨਾਂ ਦੇ ਨਾਲ ਜਾ ਕੇ ਉਹਨਾਂ ਦੀ ਬਾਂਹ ਫੜੋ ਕਿ ਸਰਕਾਰ ਦੇ ਜੋ ਬਾਦਲ ਸਾਹਿਬ ਨੇ ਫੈਸਲਾ ਕੀਤਾ ਸੀ, ਵਿਧਾਨ ਸਭਾ 'ਚ ਲਿਆ ਕੇ ਉਹ ਸੈਸ਼ਨ ਬੁਲਾਇਆ ਸੀ, ਉਹਨਾਂ ਨੂੰ ਤੁਰੰਤ ਪੱਕੇ ਕਰਕੇ ਉਹਨਾਂ ਦੀ ਜੋ ਬਣਦੀ ਤਨਖਾਹਾਂ ਨੇ ਉਹਨਾਂ ਨੂੰ ਦਿੱਤੀਆਂ ਜਾਣੀ ਚਾਹੀਦੀਆਂ। ਅੱਜ ਥੋੜ੍ਹਾ ਜਿਹਾ ਜ਼ਿਕਰ ਕਰਕੇ ਗਏ ਆ ਆਪਣੇ ਸਰਦਾਰ ਸ਼ਰਨਜੀਤ ਸਿੰਘ ਜੀ ਢਿੱਲੋਂ ਸਾਹਿਬ,
ਕਿਸਾਨੀ ਨਾਲ ਸਭ ਤੋਂ ਵੱਡੀ ਠੱਗੀ। ਅੱਜ ਵੀ ਮੈਂ ਆਉਂਦਾ ਇੱਕ ਵੀਡੀਓ ਵੇਖ ਰਿਹਾ ਸਾਂ ਕੈਪਟਨ ਅਮਰਿੰਦਰ ਸਿੰਘ ਦੀ, ਕਹਿੰਦਾ ਸੀ 90,000 ਕਰੋੜ ਦਾ ਕਰਜ਼ਾ ਜਿਹੜਾ ਕਿਸਾਨੀ 'ਤੇ, ਅੱਜ 700 ਤੋਂ ਵੱਧ ਕਿਸਾਨ ਖੁਦਕੁਸ਼ੀ ਕਰ ਗਿਆ। ਅਤੇ ਮੇਰੇ ਵੀਰੋ, ਉਸ ਖੁਦਕੁਸ਼ੀ ਕਰਨ ਵਾਲੇ ਕਿਸਾਨ ਨੂੰ ਇੱਕ ਨੌਕਰੀ ਨਹੀਂ ਮਿਲੀ, ਉਹਦਾ ਕਰਜ਼ਾ ਮਾਫ ਨਹੀਂ ਹੋਇਆ। ਅਤੇ ਤੁਸੀਂ ਹੈਰਾਨ ਹੋਵੋਗੇ ਕਿਸਾਨੀ ਦੇ ਸਿਰ 'ਤੇ ਕਿੰਨੇ ਟੈਕਸ ਲਾ ਕੇ ਪੈਸੇ ਇਕੱਠੇ ਕਰਕੇ, ਕਦੇ ਅੰਦਾਜ਼ਾ ਲਾਇਆ? ਅੱਜ ਮੈਂ ਖਜ਼ਾਨੇ ਦੇ ਇੱਕ ਆਲਾ ਅਫਸਰ ਨੂੰ ਫੋਨ ਕੀਤਾ, ਪਿਛਲੇ ਸਾਲ ਇੱਕ ਸਾਲ ਦੇ ਅੰਦਰ ਅੰਦਰ 20,000 ਕਰੋੜ ਰੁਪਈਆ ਇਹ ਸਰਕਾਰ ਨੇ ਵੱਖ ਵੱਖ ਖੇਤੀ ਨਾਲ ਸੰਬੰਧਿਤ ਲੋਕ, ਜਿਹੜੀ ਖੇਤੀ ਕਰਦੇ ਆ ਉਹਨਾਂ ਨਾਲ ਸੰਬੰਧਿਤ ਲੋਕਾਂ 'ਤੇ ਟੈਕਸ ਲਾ ਕੇ 20,000 ਇਕੱਠਾ ਕਰ ਲਿਆ। ਅਤੇ ਮਾਫ਼ੀ ਕੀ ਦਿੱਤੀ? 700-800 ਕਰੋੜ ਦੀ ਮਾਫ਼ੀ। ਅਤੇ ਤੁਹਾਡੇ ਸਿਰ ਇਕੱਠਾ ਕਿਵੇਂ ਕਰ ਲਿਆ 20,000 ਕਰੋੜ? ਮਾਰਕੀਟ ਫੀ, ਰੂਰਲ ਡਿਵੈਲਪਮੈਂਟ ਫੰਡ ਫੀ 3,000 ਕਰੋੜ ਜਿੱਥੇ ਇਹ ਤੋਂ ਕਰ ਲਿਆ। ਆ ਡੀਜ਼ਲ ਅਤੇ ਪੈਟਰੋਲ ਦੀ ਮਾੜੀ ਜਿਹੀ ਗੱਲ ਕਰਕੇ ਰਹੇ ਆ, ਬਿਲਕੁਲ ਗੱਲ ਮੈਂ ਕਰਦਾ ਸਾਫ ਕਿ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਘਟਣੀਆਂ ਚਾਹੀਦੀਆਂ। ਅਸੀਂ ਵੀ ਸੈਂਟਰ ਕੋਲ ਮੰਗ ਲੈ ਕੇ ਜਾਵਾਂਗੇ, ਮਗਰ ਮੇਰੇ ਵੀਰੋ, ਇਕੱਲੇ ਸੈਂਟਰ ਦੇ ਕੰਮ ਨਾਲ ਮਸਲਾ ਹੱਲ ਨਹੀਂ ਹੋਣਾ, ਕਿਉਂਕਿ ਤੁਸੀਂ ਹੈਰਾਨ ਹੋ ਜਾਓਗੇ ਕਿ 6,000 ਤੋਂ 7,000 ਕਰੋੜ ਸਾਲਾਨਾ ਟੈਕਸ ਦੇ ਰੂਪ 'ਚ ਡੀਜ਼ਲ ਅਤੇ ਪੈਟਰੋਲ 'ਚੋਂ ਸੂਬੇ ਦੀ ਸਰਕਾਰ ਇਕੱਠਾ ਕਰਦੀ ਹੈ। ਕਹਿਣ ਦਾ ਭਾਵ ਕਿ ਜਦੋਂ ਰੇਟ ਵੱਧਦੇ ਆ ਅਤੇ ਇਹ ਵੀ ਵਧੇ ਰੇਟਾਂ 'ਚ, ਇਹਨਾਂ ਨੂੰ ਟੈਕਸ ਵੱਧ ਜਾਂਦੇ ਆ, ਇਹਨਾਂ ਦੀ ਖਜ਼ਾਨੇ ਦੀ ਭਰਪਾਈ ਵੱਧ ਹੋਣੀ ਸ਼ੁਰੂ ਹੋ ਜਾਂਦੀ ਹੈ। ਜੇ ਚਾਹੁਣ ਤੇ 30 ਰੁਪਈਏ ਪੈਟਰੋਲ ਦੇ ਤੇ 20 ਰੁਪਈਏ 22 ਰੁਪਈਏ ਡੀਜ਼ਲ ਦੇ ਸੂਬੇ ਦੀ ਸਰਕਾਰ ਸਵੇਰੇ ਘਟਾ ਸਕਦੀ ਹੈ, ਜਿਹੜੇ ਇਹ ਟੈਕਸਾਂ ਦੇ ਰੂਪ 'ਚ ਇਕੱਠਾ ਕਰ ਰਿਹਾ। ਇਸ ਲਈ ਮੰਗ ਕਰਦਾ ਕਿ ਅੱਜ ਸ਼ਾਮ ਨੂੰ ਜਾਂ ਕੱਲ੍ਹ ਸਵੇਰੇ ਤੱਕ ਜਿਹੜੀ ਕੈਬਨਿਟ ਇਹਨਾਂ ਨੇ ਸੱਦਣੀ ਹੈ ਉਹ ਸੱਦ ਕੇ ਇਹ ਦੂਜੇ ਸੂਬਿਆਂ ਵਾਂਗ ਜਿਵੇਂ ਸਭ ਤੋਂ ਵੱਧ ਟੈਕਸ ਇਹ ਲਾ ਰਹੇ ਆ, ਆਪਦੇ ਟੈਕਸ ਨੂੰ ਅੱਧਾ ਕਰਦੇ ਹੋਏ ਲੋਕਾਂ ਨੂੰ ਉਹ ਫਾਇਦਾ ਪਹੁੰਚਾਉਣ ਦੀ ਗੱਲ ਕਰਨ। ਜੇ ਸਹਿਮਤ ਹੋ ਤਾਂ ਜਕਾਰਾ ਛੱਡ ਦਿਓ, ਜੇ ਨਹੀਂ ਸਹਿਮਤ ਹੈ ਤਾਂ ਫਿਰ ਠੀਕ ਹੀ ਠੀਕ ਹੈ। ਜੇ ਪੰਜਾਬ 'ਚ ਸਭ ਤੋਂ ਵੱਧ ਟੈਕਸ ਪੈਟਰੋਲੀਅਮ ਪ੍ਰੋਡਕਟਸ 'ਤੇ, ਜੇ ਅੱਜ ਹਿੰਦੁਸਤਾਨ 'ਚ ਸਭ ਤੋਂ ਵੱਧ ਟੈਕਸ ਪੰਜਾਬ ਦੀ ਸਰਕਾਰ ਲਾ ਰਹੀ ਹੈ ਤੇ ਤੁਹਾਨੂੰ ਗੁੰਮਰਾਹ ਕੌਣ ਪ੍ਰਚਾਰ ਕਰ ਰਹੀ ਹੈ? ਫਿਰ 450 ਕਰੋੜ ਰੁਪਈਆ ਅੱਜ ਸਬਸਿਡੀ ਸੈਂਟਰ ਨੇ ਦਿੱਤੀ ਐਗਰੀਕਲਚਰ ਇਕੁਇਪਮੈਂਟ ਵਾਸਤੇ, ਭਾਵੇਂ ਉਹ ਟਰੈਕਟਰ ਹੈ, ਬੇਲਰ ਹੈ, ਹੋਰ ਕੋਈ ਚੀਜ਼, ਕੋਈ ਵੀ ਐਗਰੀਕਲਚਰ ਇਕੁਇਪਮੈਂਟ, ਉਹ ਸਾਰੀ ਸਬਸਿਡੀ ਸੈਂਟਰ ਤੋਂ ਆਈ ਅਤੇ ਸੂਬੇ ਦੀ ਸਰਕਾਰ ਉਹ ਸਬਸਿਡੀ ਖਾ ਗਈ ਹੈ। ਕਿਸਾਨਾਂ ਨੂੰ ਕਿਸੇ ਨੂੰ ਮਿਲੀ? ਲੁਧਿਆਣੇ ਦਾ ਪਤਾ ਕਰ ਲਓ, ਜੇ ਕਿਸੇ ਕਿਸਾਨ ਕੋਲ ਪਹੁੰਚੀ ਹੋਵੇ, ਇੱਕ ਕਿਸਾਨ ਕੋਲ ਉਹ ਨਹੀਂ ਪਹੁੰਚੀ। 1,000 ਕਰੋੜ ਰੁਪਈਆ ਗੰਨੇ ਦਾ ਕਿਸਾਨ ਦਾ ਬਕਾਇਆ ਹੈ ਮੇਰੇ ਵੀਰੋ। ਉਹ ਕਿਸਾਨੀ ਅੱਜ ਕਿਸਾਨ ਨੂੰ ਕਹਿੰਦੇ ਅਸੀਂ ਤੰਦਰੁਸਤ ਕਰਨਾ ਚਾਹੁੰਦੇ ਹਾਂ, ਕਿਸਾਨੀ ਦੀ ਬਾਂਹ ਫੜਨਾ ਚਾਹੁੰਦੇ ਹਾਂ, ਮਗਰ 1,000 ਕਰੋੜ ਜਿਹੜਾ ਬਕਾਇਆ ਉਹ ਕਿਸਾਨੀ ਨੂੰ ਦੇਣ ਦਾ ਮਨ ਨਹੀਂ ਕਰ ਰਹੇ। ਇਸੇ ਤਰ੍ਹਾਂ ਆ ਹੋਰ ਵੀ ਮਾਰਕੀਟ ਫੀ ਦੀ ਮੈਂ ਗੱਲ ਕਰਤੀ, ਬੜੇ ਇਸੇ ਤਰ੍ਹਾਂ ਕਈ ਇਹੋ ਜਿਹੇ ਮੁੱਦੇ ਨੇ, ਸੁਖਬੀਰ ਜੀ ਖੁੱਲ੍ਹ ਕੇ ਵਿਚਾਰ ਰੱਖਣਗੇ। ਮੈਂ ਤਾਂ ਅਖੀਰ 'ਚ ਇਹੀ ਬੇਨਤੀ ਕਰਦਾ ਕਿ ਆ ਜਿਹੜੇ ਵਜ਼ੀਰ 3-4 ਤੁਰੇ ਫਿਰਦੇ ਆ ਅਤੇ ਇੱਕ ਆ ਨਵਾਂ ਗੁੰਡਾ ਇੱਥੇ ਆ ਗਿਆ, ਆ ਕੀ ਨਾਂ ਜੀ ਉਹ ਤੁਹਾਡੇ MP ਦਾ? ਬਿੱਟੂ। ਆ ਤੁਸੀਂ ਪਤਾ ਨਹੀਂ ਬੋਲਦੇ ਸੀ, ਕੌਣ ਬੋਲਦਾ ਸੀ? ਆ ਬੇਅੰਤ ਸਿੰਘ ਨੇ ਵੀ ਕੰਮ ਕੋਈ ਚੰਗੇ ਤਾਂ ਕੀਤੇ ਨਹੀਂ, ਕਿੰਨੇ ਮੁੰਡੇ ਮਰਾ ਤੇ ਆਪਣੇ
ਤੇ ਇੰਨੇ ਵੱਡੀ ਗਿਣਤੀ 'ਚ ਭਰਾ ਭਰਾ ਦੇ ਸਿੱਖ ਮਾਰੂ ਜੰਗ, ਮੈਂ ਕਹਿ ਸਕਦਾ ਭਰਾ ਮਾਰੂ ਜੰਗ, ਇੱਕ ਦੂਜੇ ਨੂੰ ਹਾਲਾਤ ਉਹ ਜਿਹੇ ਦੇ ਬਣਾਏ ਕਿ ਧੀ ਪੁੱਤ ਸਾਡੇ ਮਰੇ, ਤੇ ਅੱਜ ਇਹਨਾਂ ਤੋਂ ਕੋਈ ਆਸ ਰੱਖੀ ਜਾ ਸਕਦੀ ਆ ਕਿ ਇਹਨਾਂ ਨੇ ਕੰਮ ਚੰਗਾ ਕਰਨਾ? ਕੀ ਕਹਿੰਦੇ ਸੀ ਕੈਪਟਨ ਅਮਰਿੰਦਰ ਨੇ, ਸਹੁੰ ਚੁੱਕੀ ਹਰ ਘਰ ਇੱਕ ਨੌਕਰੀ ਪੱਕੀ। ਜਦੋਂ ਬਿੱਟੂ ਆਵੇ ਨਾ ਤੁਹਾਡੇ ਹਲਕੇ 'ਚ, ਉਹਨੂੰ ਕਹੀਂ ਕੈਪਟਨ ਨੇ ਸਹੁੰ ਤਾਂ ਸਾਡੇ ਨਿਆਣੇ ਬਾਰੇ ਚੁੱਕੀ ਸੀ, ਤੇ ਤੂੰ ਲਵਾ ਲਿਆ ਆਪਦਾ ਭਰਾ, ਲਵਾ ਲਿਆ ਕਿ ਨਹੀਂ ਲਵਾ ਲਿਆ ਦੱਸੋ ਮੈਨੂੰ। ਤੇ ਤੁਸੀਂ, ਮੈਂ ਹੈਰਾਨ ਹੁੰਦੇ ਹਾਂ ਕਿ ਜਦ ਇਹ ਜੇ ਆਉਂਦੇ ਆ ਇਹਨਾਂ ਨੂੰ ਇਕੱਲੇ ਕਾਲੀ ਝੰਡੀਆਂ ਨਾਲ ਨਹੀਂ, ਇਹਨਾਂ ਨੂੰ ਘੇਰ ਕੇ ਕਿਹਾ ਕਰੋ ਕਿ ਸਾਡਾ ਹੱਕ ਇੱਥੇ ਰੱਖ। ਇਹਦਾ ਭਰਾ ਇੱਕ ਤਾਂ ਇਹਨਾਂ ਤੋਂ ਤਾਂ ਲੋੜਵੰਦ ਕੋਈ ਸਾਡੇ ਜ਼ਿਲ੍ਹੇ 'ਚ ਤੁਹਾਡੇ 'ਚ ਹੋਰ ਕੋਈ ਨਹੀਂ ਹੋਣਾ, ਹੈਗਾ ਕੋਈ ਕਿ ਨਹੀਂ ਆ? ਮੈਨੂੰ ਲੱਗਦਾ ਇਹਨਾਂ ਤੋਂ ਲੋੜਵੰਦ ਕੌਣ ਆ? ਇੱਕ ਮੁੰਡਾ ਐਮ ਪੀ, ਬਿੱਟੂ ਐਮ ਪੀ, ਉਹ ਲਿੱਟੂ ਐਮ ਐਲ ਏ ਗੁਰਕੀਰਤ ਸਿੰਘ, ਅਤੇ ਇੱਕ ਉਹ ਟੀਟੂ ਰਹਿ ਗਿਆ ਸੀ ਘਰੇ ਕਾਤੀਆ ਕਾਂਡ ਵਾਲੇ। ਮੈਂ ਹੈਰਾਨ ਹੋ ਗਿਆ, ਉਹਦੀ ਉਮਰ ਵੀ ਵੱਧ ਗਈ, ਉਮਰ ਦਾ ਵੀ ਉਹਦੇ ਨਾਲ ਲਿਹਾਜ਼ਾ ਕਰ ਲਿਆ ਕਿ ਕੋਈ ਨਾ ਉਮਰ ਤੇਰੀ ਵੱਧ ਗਈ, ਤੁਹਾਡਾ ਮੁੰਡੇ ਦੀ ਉਮਰ ਵੱਧ ਗਈ ਤਾਂ ਕਹਿਣਗੇ ਨੌਕਰੀ ਨਹੀਂ ਮਿਲ ਸਕਦੀ। ਇਹਨਾਂ ਦੀ ਵਧੇ ਉਮਰ ਦਾ ਵੀ ਲਿਹਾਜ਼ਾ, ਪੜ੍ਹਾਈ ਦਾ ਵੀ ਲਿਹਾਜ਼ਾ, ਅਤੇ ਉਹ ਹੋ ਗਿਆ ਡਿਪਟੀ ਭਰਤੀ, ਅਤੇ ਤੁਹਾਡੇ ਮੁੰਡਿਆਂ ਦਾ ਕੀ ਬਣਿਆ, ਤੁਹਾਡੀਆਂ ਬੇਟੀਆਂ ਦਾ ਕੀ ਬਣਿਆ? ਅਤੇ ਜਿਹੜੇ ਅੱਜ ਇਹ ਲੋਕ ਆਉਂਦੇ ਆ ਤੁਹਾਡੇ ਕੋਲ, ਆਲੀ ਸਾਹਿਬ ਮੈਂ ਤੁਹਾਨੂੰ ਵਧਾਈ ਦਿੰਦਾ, ਉਹ ਥੋੜ੍ਹੀ ਜਿਹੀ ਚਰਚਾ ਚੱਲਦੀ ਸੀ ਕਿ ਤੁਸੀਂ ਨਰਮ ਰਹਿੰਦੇ ਸੀ ਉਹਨਾਂ ਵੱਲ, ਆ ਹੁਣ ਧੌਣ ਪੜਨੇ ਕਹਿੰਦੇ ਐਤਕੀ ਸ਼ਕਤੀ ਕੀਤੀ ਆ ਥੋੜ੍ਹੀ ਜਿਹੀ, ਅਗਲੀ ਵਾਰੀ ਪੂਰੀ ਸ਼ਕਤੀ ਕਰ ਦਿਓ, ਹਿਸਾਬ ਦੇ ਕੇ ਜਾਣਾ ਪੈਣਾ। ਲੋਕਾਂ ਦਾ ਹੱਕ ਮਾਰਿਆ ਇਹਨਾਂ ਨੇ, ਕਿਸੇ ਹੋਰ ਦਾ ਹੱਕ ਨਹੀਂ ਮਾਰਿਆ। ਪਹਿਲਾਂ ਨੌਕਰੀ ਤੁਹਾਡੇ ਨਿਆਣਿਆਂ ਨੂੰ ਮਿਲਦੀ ਅਤੇ ਫਿਰ ਆਪਦੇ ਭਰਾ ਨੂੰ ਵੀ ਲਵਾ ਲੈਂਦਾ, ਤਾਂ ਮਜੀਠੀਏ ਨੂੰ ਦੁੱਖ ਕੋਈ ਨਹੀਂ ਹੋਣਾ ਸੀ। ਇਸ ਲਈ ਮੈਂ ਇੰਨੀਆਂ ਬੇਨਤੀਆਂ ਕਰਦਾ ਹੋਇਆ ਢੇਸੀ ਵਰਗਿਆਂ ਨੂੰ ਕਹੂੰਗਾ ਅਤੇ ਕਾਂਗਰਸ ਪਾਰਟੀ ਨੂੰ ਕਹੂੰਗਾ ਕਿ ਇਹਨੂੰ ਐਸ ਐਸ ਪੀ ਲਾ ਕੇ ਰੱਖਿਓ। ਇਹ ਜਿੰਨਾ ਚਿਰ ਕਾਂਗਰਸ ਰਹਿਣੀ ਹੈ ਉਹਨਾਂ ਚਿਰ ਹੀ ਇਹਨੇ ਐਸ ਐਸ ਪੀ ਰਹਿਣਾ। ਮੁੜ ਕੇ ਤਾਂ ਰੱਬ ਵੱਲੋਂ ਇਹਨੂੰ ਪਿਆਰ ਇੰਨਾ ਦਵਾ ਦੇਣਾ ਲੋਕਾਂ ਕੋਲੋਂ ਕਿ ਪਤਾ ਨਹੀਂ ਇਹਦਾ ਐਸ ਐਸ ਪੀ ਰਹਿਣ ਨੂੰ ਵੀ ਜੀ ਕਰਨਾ ਕਿ ਨਹੀਂ ਕਰਨਾ। ਲੋਕਤੰਤਰ ਦਾ ਕੋਈ ਕਹਾਣ ਕਰੂਗਾ, ਸ਼੍ਰੋਮਣੀ ਅਕਾਲੀ ਦਲ ਡਟ ਕੇ ਉਹਦੇ ਖਿਲਾਫ ਲੜਾਈ ਲੜੂਗਾ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।